ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੰਦ ਦੇਖ ਰਹੇ ਦਰਸ਼ਕਾਂ ਦਾ ਦਾਸ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦਾ। ਸੰਗਤ ਜੀ, ਅਕਾਲ ਚੈਨਲ ਦੇ ਰਾਹੀਂ ਜੋ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਹੋਰ ਇਹਨਾਂ ਮੁੱਦਿਆਂ ਤੇ ਲੈ ਕੇ ਅਸੀਂ ਲਗਾਤਾਰ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਹੈਗੇ ਆ, ਔਰ ਇਹਨਾਂ ਮੁੱਦਿਆਂ ਦੇ ਰਾਹੀਂ ਕਿਉਂਕਿ ਅਪਡੇਟ ਕਰਨਾ ਇਸ ਕਰਕੇ ਜ਼ਰੂਰੀ ਹੋ ਜਾਂਦਾ ਕਿਉਂਕਿ ਜੋ ਮੀਡੀਆ ਤੁਹਾਨੂੰ ਅਵੇਅਰ ਕਰਾਉਂਦਾ ਹੈਗਾ, ਜੋ ਅਲੱਗ ਅਲੱਗ ਗੱਲਾਂ ਹੁੰਦੀ ਉਹਦੇ ਨਾਲ ਤੁਹਾਨੂੰ ਜਾਣੂ ਕਰਾਉਂਦਾ ਹੈਗਾ ਜੋ ਕੀ ਚੱਲ ਰਿਹਾ, ਤਾਂ ਕਿ ਤੁਸੀਂ ਘਰਾਂ ਦੇ ਵਿੱਚ ਬੈਠੇ ਹੋਏ, ਔਰ ਤੁਹਾਨੂੰ ਬੇਨਤੀ ਵੀ ਇਹੀ ਕੀਤੀ ਜਾਂਦੀ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ। ਸੋ ਇਸੇ ਮੁੱਦੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਅਲੱਗ ਅਲੱਗ ਕੰਟਰੀਆਂ ਤੋਂ। ਯੂਕੇ ਦੀ, ਯੂਨਾਈਟਿਡ ਕਿੰਗਡਮ ਦੀ ਅਸੀਂ ਅਪਡੇਟ ਤੁਹਾਨੂੰ ਦਿੱਤੀ ਹੈਗੀ ਹੈ, ਲਗਾਤਾਰ ਅਸੀਂ ਤੁਹਾਨੂੰ ਉਹਦੇ ਨਾਲ ਜੋੜਦੇ ਵੀ ਰਹੇ ਹੈਗੇ ਆ। ਇਸ ਟਾਈਮ ਅਸੀਂ ਤੁਹਾਨੂੰ ਅਸੀਂ ਜੋੜਾਂਗੇ USA ਤੇ ਯੂਨਾਈਟਿਡ ਸਟੇਟਸ ਆਫ ਅਮਰੀਕਾ, ਉੱਥੇ ਕੀ ਹਾਲਾਤ ਨੇ ਸਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਵਾਸਤੇ। ਯੂਨਾਈਟਿਡ ਸਟੇਟ ਆਫ ਅਮਰੀਕਾ ਯਾਨੀ USA ਤੋਂ ਸਾਡੇ ਨਾਲ ਸਿੱਖ ਸਕਾਲਰ ਗੁਰਚਰਨਜੀਤ ਸਿੰਘ ਲਾਂਬਾ ਨਿਊਜਰਸੀ ਤੋਂ ਜੁੜੇ ਹੋਏ ਨੇ। ਉਹਨਾਂ ਦਾ ਅਸੀਂ ਸ਼ੋਅ ਤੇ ਅਸੀਂ ਸਵਾਗਤ ਵੀ ਕਰਾਂਗੇ ਤੇ ਫਤਿਹ ਵੀ ਬੁਲਾਵਾਂਗੇ। ਉਸ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਜੋ ਫੁਟੇਜ ਵੀ ਤੁਸੀਂ ਕੁਝ ਦੇਖ ਰਹੇ ਹੋ, ਸਾਡੇ ਅਕਾਲ ਚੈਨਲ ਦੇ ਰਿਪੋਰਟਰ ਸਿਮਰਜੀਤ ਸਿੰਘ ਜੀ, ਉਹਨਾਂ ਨੇ ਸਾਨੂੰ USA ਦੀ ਕੁਝ ਫੁਟੇਜਸ ਵੀ ਭੇਜੀ, ਉਧਰ ਦੇ ਕੁਝ ਹਾਲਾਤ ਵੀ ਭੇਜੇ ਨੇ, ਉਹ ਅਸੀਂ ਤੁਹਾਨੂੰ ਨਾਲ ਦਿਖਾਵਾਂਗੇ ਵੀ ਕਿ ਕਿਸ ਤਰੀਕੇ ਉਧਰ ਦੇ ਹਾਲਾਤ ਨੇ। USA ਦੀ ਐਕਸਕਲੂਸਿਵ ਫੁਟੇਜ ਤੁਸੀਂ ਅਕਾਲ ਚੈਨਲ ਦੇ ਉੱਪਰ ਦੇਖ ਰਹੇ ਹੈਗੇ ਹੋ, ਲਾਈਵ ਤੁਸੀਂ ਹੈਗੇ ਹੋ ਫੇਸਬੁੱਕ ਤੇ, ਔਰ ਤੁਹਾਨੂੰ ਅਸੀਂ ਦੱਸ ਦਈਏ ਕਿ ਤੁਸੀਂ ਜੇ ਆਪਣਾ ਕੋਈ ਸਵਾਲ ਜੇ ਤੁਸੀਂ ਰੱਖਣਾ ਚਾਹੋ ਤਾਂ ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਜਿਹੜਾ ਹੈਗਾ ਆਪਣਾ ਕੋਈ ਸਵਾਲ ਵੀ ਰੱਖ ਸਕਦੇ ਹੋ। ਸਾਡੀ ਫੋਨ ਲਾਈਨਸ ਜਿਹੜੀ ਹੈਗੀਆਂ ਖੁੱਲੀਆਂ ਨੇ, ਔਰ ਜੋ ਥੱਲੇ ਜੋ ਸਕਰੀਨ ਤੇ ਨੰਬਰ ਆ ਰਹੇ ਨੇ ਉਹਨਾਂ ਤੇ ਤੁਸੀਂ ਕਾਲ ਕਰਕੇ ਜਿਹੜਾ ਹੈਗਾ ਆਪਣੇ ਸਵਾਲ ਰੱਖ ਸਕਦੇ ਹੋ। ਕੋਈ ਤੁਸੀਂ ਸਵਾਲ ਇਸ ਦੇ ਰਿਗਾਰਡਿੰਗ ਪੁੱਛਣਾ ਚਾਹੋ ਜਾਂ ਯੂਨਾਈਟਿਡ ਸਟੇਟ ਆਫ ਅਮਰੀਕਾ ਤੋਂ ਸਾਡੇ ਨਾਲ ਕੋਈ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਜੁੜੇ ਹੋਏ ਨੇ, ਕੋਈ ਜੇ ਤੁਹਾਡਾ ਸਵਾਲ ਹੈਗਾ ਤੁਸੀਂ ਡਾਇਰੈਕਟ ਪੁੱਛ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਫੇਸਬੁੱਕ ਤੇ ਤੁਸੀਂ ਲਾਈਵ ਵੀ ਦੇਖ ਰਹੇ ਹੈਗੇ ਹੋ, ਤੇ ਜੋ ਵੀ ਤੁਹਾਡੇ ਸਵਾਲ ਨੇ ਅਸੀਂ ਜਿਹੜਾ ਹੈਗਾ ਸਵਾਲ ਵੀ ਲਵਾਂਗੇ, ਗੱਲਬਾਤ ਵੀ ਕਰਾਂਗੇ, ਹੋਰ ਇਸੇ ਮੁੱਦੇ ਤੇ ਗੱਲ ਕਰਾਂਗੇ। ਸਾਡੇ ਨਾਲ ਗੁਰਚਰਨਜੀਤ ਸਿੰਘ ਲਾਂਬਾ ਜੁੜੇ ਹੋਏ ਨੇ, ਉਹਨਾਂ ਨੂੰ ਅਸੀਂ ਪਹਿਲੇ ਗੁਰਫਤਿਹ ਦੀ ਸਾਂਝ ਕਰਕੇ ਸ਼ੋਅ ਦੇ ਵਿੱਚ ਆਮਦ ਕਰਦੇ ਹੈਗੇ ਆ। ਲਾਂਬਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਨੂੰ, ਅਕਾਲ ਚੈਨਲ ਦੇ ਦੇਖ ਰਹੇ ਸੁਣ ਰਹੇ ਦਰਸ਼ਕਾਂ ਨੂੰ ਐਡੀਟਰ ਵੀ ਸੀਗੇ, ਹੋਰ ਬਹੁਤ ਵਧੀਆ ਉਹਨਾਂ ਨੇ ਜੋ ਉੱਥੇ ਕੰਮ ਵੀ ਕੀਤਾ ਹੈਗਾ। ਤੁਸੀਂ ਅੱਜ ਅਸੀਂ ਗੱਲਬਾਤ ਕਰਾਂਗੇ ਕੋਰੋਨਾ ਵਾਇਰਸ ਦੇ ਰਾਹੀਂ। ਲਾਂਬਾ ਸਾਹਿਬ, ਪਹਿਲੇ ਥੋੜਾ ਜਿਹਾ ਅਸੀਂ ਡੇਟਾ ਵੱਲ ਚੱਲਦੇ ਹੈਗੇ ਹਾਂ ਕਿਉਂਕਿ ਲਾਈਵ ਜੁੜੇ ਹੋਏ ਹੋ ਨਿਊਯਾਰਕ ਦੀ। ਜੇ ਆਪਾਂ ਯੂਨਾਈਟਿਡ ਸਟੇਟ ਦੇ ਜਿਹੜੇ ਡੇਟਾ ਦੀ ਜੇ ਆਪਾਂ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਤੋਂ ਤਕਰੀਬਨ ਹੁਣ ਤੱਕ ਜੋ ਵਰਲਡੋਮੀਟਰ ਦਾ ਅਫੀਸ਼ੀਅਲ ਰਿਕਾਰਡ ਹੈਗਾ ਉਹਦੇ ਵਿੱਚ 1,33,039 ਜੋ ਕੇਸਿਸ ਨੇ ਅੱਜ ਦੇ ਵਿੱਚ ਜੋ ਯੂਨਾਈਟਿਡ ਸਟੇਟ ਦੇ ਵਿੱਚ ਜੋ ਡਿਟੈਕਟ ਹੋਏ ਨੇ, ਤੇ ਜਿਸ ਦੇ ਵਿੱਚ ਜੋ ਕਿ ਅਸੀਂ ਡੇਟਾ ਉਹ ਸਕਰੀਨ ਤੇ ਵੀ ਚਲਾ ਰਹੇ ਹੈਗੇ ਆ, ਜਿਸ ਦੇ ਵਿੱਚ ਜੋ ਡੈਥ ਰਿਕਾਰਡ ਹੈਗਾ ਹੁਣ ਤੱਕ ਦਾ ਉਹ ਹੈਗਾ, ਜੇ ਤੁਸੀਂ ਦੇਖੋਗੇ 2,362 ਡੈਥ, ਔਰ ਰਿਕਵਰੀ ਜਿਹੜੀ ਹੈ ਉਹ 4,378 ਦੀ ਰਿਕਵਰੀ ਹੈਗੀ ਆ। ਔਰ ਅੱਗੇ ਜੇ ਆਪਾਂ ਸਿਟੀ ਵਾਈਜ਼ ਜੇ ਅਸੀਂ ਚੱਲੀਏ ਤਾਂ ਸਿਟੀ ਵਾਈਜ਼ ਇੱਥੇ ਨਿਊਯਾਰਕ ਦਾ ਵੀ ਡੇਟਾ ਤੁਹਾਡੀ ਸਕਰੀਨ 'ਤੇ ਅਸੀਂ ਦਿਖਾ ਰਹੇ ਹੈਗੇ, ਨਿਊਯਾਰਕ ਦੇ ਜਿਹੜੇ ਹੈਗੇ ਆ 59,503, ਯਾਨੀ ਕਿ ਤਕਰੀਬਨ 60,000 ਕੇਸ ਤੇ ਸਿਰਫ ਨਿਊਯਾਰਕ ਦੇ। ਔਰ ਜਿਸ ਸ਼ਹਿਰ ਤੋਂ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਤੁਸੀਂ ਜੁੜੇ ਹੋ ਉਹ ਸ਼ਾਇਦ ਮੈਨੂੰ ਲੱਗਦਾ ਇੱਥੇ ਦੂਸਰੇ ਨੰਬਰ 'ਤੇ ਹੈਗਾ ਤੁਹਾਡਾ ਸ਼ਹਿਰ ਨਿਊਜਰਸੀ। 11,124 ਕੇਸ ਹੁਣ ਤੱਕ ਦੇ ਹੈਗੇ ਆ। ਅੱਛੀ ਖਬਰ ਇਹ ਹੈਗੀ ਹੈ ਕਿ ਹੁਣ ਤੱਕ ਕੋਈ ਤੁਹਾਡੇ ਸ਼ਹਿਰ ਦੇ ਵਿੱਚੋਂ ਕੋਈ ਨਵਾਂ ਕੇਸ ਇੱਥੇ ਨਹੀਂ ਦਿਖਾਈ ਦੇ ਰਿਹਾ, ਨਹੀਂ ਤਾਂ ਉਹ ਇਸ ਦੇ ਵਿੱਚ ਅਪਡੇਟ ਹੋ ਸਕਦਾ ਸੀਗਾ। ਪਰ 140 ਮੌਤਾਂ ਤੁਹਾਡੇ ਸ਼ਹਿਰ ਦੇ ਵਿੱਚੋਂ ਵੀ ਹੋ ਚੁੱਕੀਆਂ ਨੇ, ਔਰ 10,000 ਤੋਂ ਵੱਧ ਜਿਹੜੇ ਲੋਕ ਨੇ 10,984 ਜਿਹੜੇ ਉਹ ਹਜੇ ਵੀ ਐਕਟਿਵ ਕੇਸ ਨੇ। ਸੋ ਇਹ ਕੁਛ ਡੇਟਾ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਲਾਂਬਾ ਸਾਹਿਬ, ਹੁਣ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ, ਤੁਸੀਂ ਨਿਊਜਰਸੀ ਤੋਂ ਜੁੜੇ ਹੋਏ ਹੋ ਅਕਾਲ ਚੈਨਲ ਦੇ ਦਰਸ਼ਕਾਂ ਨੂੰ ਕੀ ਆਪਣੇ ਵੱਲੋਂ ਕੋਈ ਅਪਡੇਟ ਸਾਂਝੀ ਕਰਨਾ ਚਾਹੋਗੇ ਜੀ? ਹਾਂਜੀ, ਬੇਨਤੀ ਹੈਗੀ ਹੈ ਕਿ ਜੇਕਰ ਡਾਟਾ ਨੂੰ ਦੇਖੀਏ, ਜਿਹੜਾ ਸਟੈਟਿਸਟਿਕਸ ਹੈ ਜਾਂ ਅੜੇ ਹੈ, ਹਾਲਤ ਇਤਨੀ ਜ਼ਿਆਦਾ ਕਿ ਹੁਣ ਇਨਸਾਨ ਇਨਸਾਨ ਨਹੀਂ ਰਹਿ ਗਿਆ, ਵਿਅਕਤੀ ਨਹੀਂ ਰਹਿ ਗਿਆ, ਉਹ ਕੇਵਲ ਨੰਬਰ ਰਹਿ ਗਿਆ। ਨੰਬਰਾਂ ਦੇ ਵਿੱਚ ਉਹਨੂੰ ਗਿਣਿਆ ਜਾ ਰਿਹਾ, ਅੰਕੜਿਆਂ ਦੇ ਵਿੱਚ ਗਿਣਿਆ ਜਾ ਰਿਹਾ। ਬਿਲਕੁਲ। ਔਰ ਇਹ ਜਿਹੜੀ ਸਿਚੁਏਸ਼ਨ ਹੁੰਦੀ ਹੈ, ਇਹ ਹਾਲਤ ਬਹੁਤ ਹੀ ਖਤਰਨਾਕ ਹੁੰਦੀ ਹੈ ਕਿ ਜਿੰਨੇ ਵੱਧ ਜਾਣ, ਚਲੋ ਠੀਕ ਹੈ, ਕੱਲ ਇੰਨੇ ਸੀ, ਅੱਜ ਇੰਨੇ ਹੋ ਗਏ, ਪਰਸੋਂ ਇੰਨੇ ਹੋ ਗਏ, ਇੱਕ ਬੰਦੇ ਦੀ ਵੀ ਜਾਨ ਜਾਣੀ ਇਹ ਕੋਈ ਮਾਮੂਲੀ ਗੱਲ ਨਹੀਂ ਹੁੰਦੀ ਹੈਗੀ। ਕਿਧਰੇ ਅਗਰ ਇੱਕ ਬੰਦੇ ਦੀ ਵੀ ਚਲੀ ਜਾਏ, ਔਰ ਉਹ ਵੀ
ਉਸਨੂੰ ਬਚਾਇਆ ਨਾ ਜਾ ਸਕੇ, ਉਸਦਾ ਇਲਾਜ ਨਾ ਕੀਤਾ ਜਾ ਸਕੇ, ਉਸਨੂੰ ਦਵਾ ਦਾਰੂ ਨਾ ਦਿੱਤੀ ਜਾ ਸਕੇ, ਔਰ ਸਿਰਫ ਇਹਨਾਂ ਵਜ੍ਹਾ ਕਰਕੇ ਉਹ ਬੰਦਾ ਸੰਸਾਰ ਨੂੰ ਛੱਡ ਕੇ ਚਲਾ ਜਾਏ, ਤਾਂ ਜਿੰਨੀ ਮਰਜ਼ੀ ਕਰੀ ਜਾਏ, ਅਸੀਂ ਜਿੰਨੇ ਐਡਵਾਂਸ ਹੋ ਗਏ ਹਾਂ, ਜਿੰਨੇ ਸਭਿਅ ਹੋ ਗਏ ਹਾਂ, ਜਿੰਨੇ ਅਸੀਂ ਮੁਹੱਜ਼ਬ ਹੋ ਗਏ ਹਾਂ, ਤੇ ਉਹ ਹਾਲ ਉਹ ਉਸਦੇ ਨਾਲ ਉਸਨੂੰ ਤਸੱਲੀ ਨਹੀਂ ਦੇਗਾ। ਇਹ ਤਾਂ ਉਦਾਂ ਹੀ ਗੱਲ ਹੋ ਗਈ ਕਿ ਕਿਸੇ ਡਾਕਟਰ ਨੇ ਕਿਹਾ ਜੀ ਕਿ ਉਹ ਆਪਰੇਸ਼ਨ ਬੜਾ ਵਧੀਆ ਸੀ ਪਰ ਖਾਤੂਨ ਚੱਲ ਬਸੀ, ਤੇ ਆਪਰੇਸ਼ਨ ਕਾਹਦਾ ਵਧੀਆ ਬਿਲਕੁਲ ਜੇ ਬਿਲਕੁਲ ਤੁਹਾਡੀ ਬਿਲਕੁਲ ਉਹ ਸਿਸਟਮ ਨੂੰ ਕੀ ਲੈਣਾ ਜੇ ਬੰਦੇ ਚਲੇ ਗਏ। ਜਿਹੜੀ ਦੂਜੀ ਗੱਲ ਇਹਦੇ ਚ ਬਹੁਤ ਮਹੱਤਵਪੂਰਨ ਹੈ ਜਿਹੜੀ ਤੁਸੀਂ ਡਾਟਾ ਦੀ ਕੀਤੀ ਹੈ, ਮੈਂ ਥੋੜਾ ਜਿਹਾ ਤੁਹਾਨੂੰ ਸਪਸ਼ਟ ਕਰ ਦਿਆਂ ਕਿ ਨਿਊਯਾਰਕ ਤੁਸੀਂ ਸ਼ਹਿਰ ਕਿਹਾ ਹੈ, ਨਿਊਜਰਸੀ ਸ਼ਹਿਰ ਦਰਅਸਲ ਇਹ ਸ਼ਹਿਰ ਨੇ, ਨਿਊਯਾਰਕ ਸਟੇਟ ਹੈ, ਇੱਕ ਸੂਬਾ ਨਿਊਯਾਰਕ ਹੈ, ਨਿਊਯਾਰਕ ਸੂਬੇ ਦੇ ਵਿੱਚ ਨਿਊਯਾਰਕ ਸ਼ਹਿਰ ਵੀ ਹੈਗਾ। ਇਹ ਜਿਹੜਾ ਤੁਸੀਂ ਡਾਟਾ ਦਿੱਤਾ ਹੈਗਾ ਉਹ ਨਿਊਯਾਰਕ ਸਟੇਟ ਦਾ ਹੈਗਾ, ਓਕੇ ਨਿਊਯਾਰਕ। ਦੂਜਾ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਡਾਟਾ ਦਿੱਤਾ ਨਿਊਜਰਸੀ ਦਾ ਸ਼ਹਿਰ ਦਾ, ਉਹ ਨਿਊਜਰਸੀ ਸ਼ਹਿਰ ਨਹੀਂ ਹੈਗਾ, ਉਹ ਨਿਊਜਰਸੀ ਸਟੇਟ ਹੈਗੀ ਹੈ। ਓਕੇ ਇਹ ਦੋ ਵੱਡੇ ਸੂਬੇ ਔਰ ਦੋਨੋਂ ਸੂਬੇ ਬਿਲਕੁਲ ਗਵਾਂਢੀ ਸੂਬੇ ਜੁੜਦੇ ਹੋਏ ਹੈ, ਦੋਨਾਂ ਦੇ ਵਿਚਕਾਰ ਜਿਹੜੀ ਹੈਗੀ ਹੈ ਇੱਕ ਹਡਸਨ ਨਦੀ ਹੈ, ਉਹ ਦੋਨੋਂ ਕਿਨਾਰਿਆਂ ਦੇ ਉੱਤੇ ਵਸੇ ਹੋਏ ਸ਼ਹਿਰ ਨਿਊਜਰਸੀ ਹੈ। ਸੋ ਦੇਖਿਆ ਜਾਏ ਤਾਂ ਇੱਕ ਕਿਸਮ ਦਾ ਗ੍ਰੇਟਰ ਟਵਿਨ ਸਟੇਟਸ ਤੁਸੀਂ ਕਹਿ ਸਕਦੇ ਹੋ। ਹੁਣ ਜੇ ਤੁਸੀਂ ਸਿਰਫ ਅੰਕੜੇ ਹੀ ਅਗਰ ਦੇਖਣਾ ਚਾਹੋ, ਅਗਰ ਸਿਰਫ ਅੰਕੜੇ ਦੇਖਣਾ ਚਾਹੋ, ਤਾਂ ਬੜੀ ਹੀ ਭਿਆਨਕ ਹਾਲਤ ਇਹ ਬਣਦੀ ਜਾ ਰਹੀ ਹੈ ਕਿ ਤੁਸੀਂ ਦੇਖੋ, ਥੋੜਾ ਜਿਹਾ ਜ਼ਰੂਰ ਦੇਖਣ ਦੀ ਲੋੜ ਹੈ। 29 ਫਰਵਰੀ ਨੂੰ ਇਸੇ ਸਾਲ ਅਮਰੀਕਾ ਦੇ ਵਿੱਚ, ਪੂਰੇ ਅਮਰੀਕਾ ਚ ਇੱਕ ਮੌਤ ਹੋਈ, ਇੱਕ ਵਿਅਕਤੀ ਦੀ ਜਾਨ ਗਈ। ਓਕੇ ਇਹ ਬਹੁਤ ਮਹੱਤਵਪੂਰਨ ਹੈ, ਜ਼ਰਾ ਇਸ ਡਾਟਾ ਨੂੰ ਅਸੀਂ ਦੇਖੀਏ ਔਰ ਫਿਰ ਅਸੀਂ ਦੇਖੀਏ ਕਿ ਆਉਣ ਵਾਲੇ ਸਮੇਂ ਚ ਸਾਡਾ ਕੀ ਬਣਨਾ। ਤਾਂਹੀਓ ਕਰਕੇ ਹਜ਼ੂਰ ਦਾ ਹੁਕਮ ਹੈ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ, ਪਰ ਅਜੇ ਤੱਕ ਅਸੀਂ ਸਿਰਫ ਦੇਖ ਰਹੇ ਹਾਂ ਇੰਨੇ ਹੋ ਗਏ, ਇੰਨੇ ਰਹਿ ਗਏ, ਇੰਨੇ ਹੋ ਗਏ। ਤੋ ਬੇਨਤੀ ਹੈ ਕਿ 29 ਫਰਵਰੀ ਨੂੰ ਸਿਰਫ ਇੱਕ ਮੌਤ ਹੋਈ ਸੀ ਔਰ 2 ਫਰਵਰੀ ਨੂੰ, 2 ਮਾਰਚ ਨੂੰ, 29 ਫਰਵਰੀ ਤੋਂ ਲੈ ਕੇ 2 ਮਾਰਚ ਤੱਕ 100 ਬੰਦਾ ਹੋ ਗਿਆ ਔਰ 2 ਮਾਰਚ ਤੋਂ 10 ਮਾਰਚ ਚ 1000 ਬੰਦਾ ਹੋ ਗਿਆ। ਔਰ ਤੁਸੀਂ ਦੇਖੋ 10 ਮਾਰਚ ਤੋਂ ਬਾਅਦ ਇੱਕ ਹਫਤੇ ਦੇ ਬਾਅਦ 18 ਤਰੀਕ ਨੂੰ 10000 ਬੰਦਾ ਹੋ ਗਿਆ ਔਰ ਫਿਰ 21 ਮਾਰਚ ਨੂੰ 27000 ਹੋ ਗਏ। ਯਾਨੀ ਕਿਸ ਤੇਜ਼ੀ ਦੇ ਨਾਲ ਇਹ ਵਧਿਆ ਫੈਲਿਆ ਔਰ 23 ਤਰੀਕ ਨੂੰ 2 ਦਿਨਾਂ ਦੇ ਬਾਅਦ ਇਹ 27000 ਤੋਂ ਵੱਧ ਕੇ 44000 ਹੋ ਗਏ ਔਰ ਫਿਰ ਇੱਕ ਦਿਨ ਬਾਅਦ, ਸਿਰਫ ਇੱਕ ਦਿਨ ਬਾਅਦ ਇਹ 54000 ਹੋ ਗਏ। ਓਕੇ ਔਰ ਉਸਦੇ ਬਾਅਦ 2 ਦਿਨ ਦੇ ਬਾਅਦ 68000 ਹੋ ਗਏ, ਠੀਕ ਹੈ, ਔਰ ਫਿਰ ਉਸਦੇ 2 ਦਿਨ ਦੇ ਬਾਅਦ 28 ਤਰੀਕ ਨੂੰ 1,04,000 ਹੋ ਗਏ ਔਰ ਉਹਦੇ ਬਾਅਦ 29 ਤਰੀਕ ਨੂੰ 1,24,000 ਪਾਰ ਕਰ ਗਏ। ਇੱਕ ਬੰਦੇ ਤੋਂ ਇੰਨੇ ਥੋੜੇ ਸਮੇਂ ਦੇ ਵਿੱਚ, ਅਜੇ ਮਹੀਨਾ ਪੂਰਾ ਵੀ ਨਹੀਂ ਹੋਇਆ ਤੇ ਉਹ 1,24,000 ਤੇ ਪਹੁੰਚ ਗਿਆ। ਓਕੇ ਅੱਛਾ, ਇਹਦੇ ਵਿੱਚ ਇੱਕ ਡਾਟਾ ਨੂੰ ਸਮਝਣ ਦੀ ਲੋੜ ਹੈ ਕਿ ਜਿਵੇਂ ਤੁਸੀਂ ਕਿਸੇ ਗੇਂਦ ਨੂੰ ਉੱਤੇ ਸੁੱਟੋ ਤੇ ਜਿੰਨੀ ਦੇਰ ਤੱਕ ਉੱਤੇ ਉਹ ਐਪੈਕਸ ਤੇ ਨਹੀਂ ਪਹੁੰਚ ਜਾਏਗੀ, ਆਪਣੇ ਪੂਰੇ ਉਹ ਟ੍ਰੈਜੈਕਟਰੀ ਜਿਹੜੀ ਉਹਦਾ ਪਾਥ ਹੈ, ਜਿਹੜਾ ਉਹਦਾ ਰਸਤਾ ਹੈ, ਤੇ ਉੱਤੇ ਜਾ ਕੇ ਫਿਰ ਉਹ ਵਾਪਸ ਮੁੜੇਗੀ। ਓਕੇ ਇਹ ਜਿਹੜਾ ਹੈਗਾ ਅਜੇ ਉੱਤੇ ਜਾ ਰਿਹਾ, ਅੱਛਾ ਅਜੇ ਥੱਲੇ ਰੁਕਿਆ ਨਹੀਂ, ਔਰ ਇਹਨੂੰ ਅਜੇ 10-15 ਦਿਨ ਲੱਗਣੇ ਹੈ ਉੱਤੇ ਪੂਰਾ ਪਹੁੰਚਦੇ ਆ। ਹਾਲਤ ਬਹੁਤ ਭਿਆਨਕ ਹੈ, ਬਹੁਤ ਭਿਆਨਕ ਹੈ। ਕਿਸੇ ਨੂੰ ਡਰਾਉਣ ਦੀ ਗੱਲ ਹੈ ਜਾਂ ਡਰਨ ਦੀ ਗੱਲ ਹੈ, ਡਰਨਾ ਵੀ ਚਾਹੀਦਾ, ਕੁਦਰਤ ਕੋਲੋਂ ਡਰਨਾ ਚਾਹੀਦਾ। ਕੁਦਰਤ ਜਿਹੜੀ ਹੈ ਬਿਆਨਤ ਹੈ, ਕੋਈ ਅਥਾਹ ਸੀਮਾ ਹੈਗੀ ਹੈ ਉਹ, ਪਰ ਇਹ ਨਾ ਹੋਏ ਕਿ ਜੇ ਦੂਜੇ ਦੇ ਘਰ ਲੱਗੀ ਹੈ ਅੱਗ ਹੈ ਤੇ ਸਾਡੇ ਦੂਜੇ ਦੇ ਘਰ ਹੈ ਤੇ ਬਸੰਤਰ ਦੇਵਤਾ, ਜੇ ਆਪਣੇ ਲੱਗੇ ਤੇ ਫਿਰ ਅੱਗ ਹੈ। ਫਿਰ ਇਸਨੇ ਹਰ ਕਿਸੇ ਨੂੰ ਆਪਣੇ ਉਸ ਸਟੇਟ ਦੇ ਵਿੱਚ ਲੈਣਾ ਹੈ ਜੋ ਇਹਦੀ ਹਾਲਤ ਬਣੀ ਹੋਈ ਹੈ, ਔਰ ਇਹ ਇਤਨੀ ਖਤਰਨਾਕ ਹੈ ਜਦੋਂ ਫਿਰ ਉੱਤੇ ਜਾਏਗਾ, ਜਿਵੇਂ ਮੈਂ ਦੱਸਿਆ ਕਿ ਗੇਂਦ ਉੱਤੇ ਜਾ ਕੇ ਥੱਲੇ ਵੱਲ ਨੂੰ ਆਉਂਦੀ ਹੈ, ਪਰ ਇਹ ਟ੍ਰੈਜੈਕਟਰੀ ਉੱਤੇ ਜਾ ਕੇ ਫਿਰ ਇਸਨੇ ਸਿੱਧਾ ਹੋਣਾ ਹੈ, ਇੱਦਾਂ ਆਉਣਾ ਹੈ, ਫਿਰ ਉਹਦੇ ਬਾਅਦ ਥੱਲੇ ਆਏਗਾ, ਠੀਕ ਹੈ। ਹਾਂਜੀ, ਜਿੰਨੀ ਦੇਰ ਤੱਕ ਉਹ ਪੈਰਲਲ ਨਹੀਂ ਆਉਂਦਾ, ਧਰਤੀ ਦੇ ਲੈਵਲ ਤੇ ਨਹੀਂ ਆਉਂਦਾ, ਉਨੀ ਦੇਰ ਤੱਕ ਇਹਨੇ ਵਾਪਸ ਨਹੀਂ ਮੁੜਨਾ। ਸੋ ਇਹ ਜਿਹੜੇ ਅੰਕੜੇ ਹੈਗੇ ਆ ਨਾ, ਜੇਕਰ ਇਹਨਾਂ ਅੰਕੜਿਆਂ ਨੂੰ ਦੇਖੀਏ ਤਾਂ ਹਾਲਤ ਇਹ ਜਿਹੜੀ ਹੈ ਇਹ ਖਾਲੀ ਕਾਗਜ਼ਾਂ ਦੇ ਉੱਤੇ ਨਹੀਂ, ਇਹ ਕਾਗਜ਼ੀ ਸ਼ੇਰ ਨਹੀਂ ਹੈਗੇ, ਇਹ ਵਾਕੇ ਹੀ ਰੱਬ ਦਾ ਇੱਕ ਬਹੁਤ ਵੱਡਾ ਸੁਨੇਹਾ ਹੈ ਕਿ ਜਿਹੜੀ ਇਹ ਵਿਪਦਾ ਹੈ, ਇਹ ਮਹਾਮਾਰੀ ਹੈ,
ਇਸ ਨੂੰ ਅਸੀਂ ਮਹਾਮਾਰੀ ਕਹਿੰਦੇ ਹਾਂ, ਪਰ ਇੱਥੇ ਇਹਨੂੰ ਜਦੋਂ ਪੈਂਡੇਮਿਕ ਕਹਿੰਦੇ ਆ, ਅੰਗਰੇਜ਼ੀ 'ਚ ਸ਼ਾਇਦ ਇਹਦਾ ਅਸਰ ਘੱਟ ਲੱਗਦਾ। WHO ਨੇ ਇਸ ਨੂੰ ਪੈਂਡੇਮਿਕ ਡਿਕਲੇਅਰ ਕੀਤਾ ਔਰ ਇਹ ਵਾਕਈ ਹੀ ਮਹਾਮਾਰੀ ਹੈ। ਔਰ ਜਿਵੇਂ ਕੋਈ ਮੰਨ ਲਓ ਇਸ ਤਰ੍ਹਾਂ ਡੈਮ ਟੁੱਟ ਜਾਏ ਤਾਂ ਫਿਰ ਉਹ ਵੱਡੇ ਛੋਟੇ ਨੂੰ ਨਹੀਂ ਦੇਖਦਾ, ਗਰੀਬ ਅਮੀਰ ਨੂੰ ਨਹੀਂ ਦੇਖਦਾ, ਉਹ ਕਿਸੇ ਵਿਤਕਰਾ ਨਹੀਂ ਕਰਦਾ, ਉਹ ਹਰ ਕਿਸੇ ਨੂੰ ਆਪਣੀ ਚਪੇਟ 'ਚ ਲੈਂਦਾ। ਇਸ ਬਿਮਾਰੀ ਨੇ ਕਿਸੇ ਦਾ ਲਿਹਾਜ਼ ਨਹੀਂ ਕੀਤਾ, ਕਿਸੇ ਦਾ ਲਿਹਾਜ਼ ਨਹੀਂ ਕਰ ਰਹੇ, ਔਰ ਵੱਡੇ ਵੱਡੇ ਬੰਦੇ ਜਿਹੜੇ ਹੈ ਉਹ ਇਸ ਦੀ ਚਪੇਟ 'ਚ ਆ ਰਹੇ। ਜੀ ਥੋੜਾ ਜਿਹਾ ਮੈਂ ਜਾਣਨਾ ਚਾਹਾਂਗਾ ਕਿ ਜਿਸ ਤਰੀਕੇ ਜੋ ਤੁਸੀਂ ਉੱਧਰ ਦੇ ਸਾਰੇ ਬਖੂਬੀ ਹਾਲਾਤਾਂ ਦੇ ਨਾਲ ਜੋ ਕਾਫੀ ਜਾਣਕਾਰੀ ਵੀ ਦਿੱਤੀ ਹੈਗੀ ਆ, ਔਰ ਜਿਸ ਤਰੀਕੇ ਕਿਉਂਕਿ ਮੈਂ ਜੋ ਨਹੀਂ ਵਾਕਿਫ ਸੀਗਾ ਉੱਧਰ ਦੇ, ਹੋਰ ਤੁਸੀਂ ਕਰੈਕਸ਼ਨ ਵੀ ਮੈਨੂੰ ਕੀਤੀ ਹੈਗੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ ਕਿ ਉੱਧਰ ਦੇ, ਕਿਉਂਕਿ ਜੋ ਗਰਾਊਂਡ ਤੋਂ ਜਿਹੜਾ ਕੋਈ ਬੰਦਾ ਗੱਲ ਕਰਦਾ ਉਹਨੂੰ ਬੈਟਰ ਉੱਧਰ ਦੀ ਪੋਜੀਸ਼ਨ ਪਤਾ ਹੁੰਦੀ ਆ। ਅਤੇ ਇਸੇ ਤਰੀਕੇ ਜੋ ਥੋੜ੍ਹਾ ਜਿਹਾ ਹੋਰ ਅਸੀਂ ਜਾਣਨਾ ਚਾਹਾਂਗੇ ਕਿ ਸਰਕਾਰੀ ਇੰਤਜ਼ਾਮ, ਕਿਉਂਕਿ ਯੂਨਾਈਟਿਡ ਸਟੇਟ ਆਫ ਅਮੈਰੀਕਾ USA ਜੋ ਮੰਨਿਆ ਜਾਂਦਾ ਵਰਲਡ ਦੇ ਵਿੱਚ ਨੰਬਰ 1 'ਤੇ ਜੋ ਹੈਗਾ ਹਮੇਸ਼ਾ ਆਪਣੀ ਹੋੜ 'ਤੇ ਰਹਿੰਦਾ ਹੈਗਾ, ਭਾਵੇਂ ਹਰ ਚੀਜ਼ ਦੇ ਵਿੱਚ USA ਕਹਿੰਦਾ ਅਸੀਂ ਨੰਬਰ 1 ਹੈਗੇ ਆ। ਫਿਲਹਾਲ ਜੇ ਦੇਖਿਆ ਜਾਵੇ ਤਾਂ ਆਂਕੜਿਆਂ ਦੇ ਵਿੱਚ ਵੀ ਇਸ ਟਾਈਮ ਜੋ ਹੈਗਾ ਵਰਲਡ ਦੇ ਵਿੱਚ, ਭਾਵੇਂ ਇਹ ਚਾਈਨਾ ਤੋਂ ਸ਼ੁਰੂ ਹੋਈ ਸੀ ਇਹ ਪੈਨਡੈਮਿਕ, ਪਰ ਇਸ ਟਾਈਮ ਜੋ ਸਭ ਤੋਂ ਵੱਧ ਜੋ ਹੈਗੇ ਵਰਲਡ ਦੇ ਵਿੱਚ ਵੀ ਪਿਛਲੇ 3-4 ਦਿਨਾਂ ਦੇ ਵਿੱਚ ਉਛਾਲ ਆਇਆ, ਹਾਲਾਂਕਿ ਇਟਲੀ ਜਿਹੜਾ ਹੈਗਾ ਨੰਬਰ 1 ਤੇ ਸੀਗਾ, ਪਰ 3-4 ਦਿਨ ਪਹਿਲੇ ਅਮਰੀਕਾ ਨੇ ਵੀ ਆਪਣੀ ਗਿਣਤੀ ਵਧਾ ਰਹੀ ਹੈ। ਔਰ ਤੁਸੀਂ ਸਹੀ ਕਹਿ ਰਹੇ ਹੋ ਕਿ ਅਜੇ ਚਰਮ ਸੀਮਾ ਤੇ ਪਹੁੰਚਿਆ ਨਹੀਂ ਹੈ, ਜਿਹਨੂੰ ਕਹਿੰਦੇ ਨੇ ਬਿਲਕੁਲ ਫਾਈਨਲ ਆਪਣੀ ਸਿਚੁਏਸ਼ਨ, ਜੋ ਚਰਮ ਸੀਮਾ ਆਉਂਦੀ ਉੱਥੇ ਅਜੇ ਪਹੁੰਚਣਾ ਹੈਗਾ। ਤੁਹਾਨੂੰ ਕੀ ਲੱਗਦਾ ਕਿ ਹੋਰ ਕਿੰਨਾ ਉੱਪਰ ਜਾ ਸਕਦਾ? ਗੱਲ ਇਹ ਹੈ ਕਿ ਉਹ ਜਿਸ ਲੈਵਲ ਤੱਕ ਜਾਣਾ ਹੈ ਨਾ ਜੀ, ਜਿਵੇਂ ਉਹ ਦੱਸ ਰਹੇ ਹੈ, ਉਹ ਇਤਨੇ ਖਤਰਨਾਕ ਹੈਗੇ ਹੈ ਕਿ ਉਹ ਬਿਆਨ ਵੀ ਨਹੀਂ ਕੀਤੇ ਜਾ ਸਕਦੇ। ਜਿਹੜੇ ਇਸ ਗੱਲ ਦੇ ਜਾਣਕਾਰ ਹੈ, ਜਿਹੜੇ ਸਾਇੰਟਿਸਟ ਹੈ, ਮੈਡੀਕਲ ਹੈ, ਐਸੀ ਹੈ, ਜਿਹੜੇ ਡਿਜ਼ੀਜ਼ ਕੰਟਰੋਲ ਦੇ ਜਿਹੜੇ ਹੈਗੇ ਹੈ ਮਹਿਕਮੇ ਵਾਲੇ ਹੈ, ਔਰ ਉਹ ਇਸ ਚੀਜ਼ ਦਾ ਜਿਹੜਾ ਬਿਆਨ ਕਰ ਰਹੇ ਹੈ ਉਹ ਇਤਨੀ ਖਤਰਨਾਕ ਹੈ ਕਿ ਉਹ ਹੁਣ ਇਹਦੇ ਚ ਦਿੱਕਤ ਇਹ ਹੋ ਜਾਂਦੀ ਹੈ ਕਿ ਜਿਹੜਾ ਜਿੰਨੀ ਮਰਜ਼ੀ ਮੁਸੀਬਤ ਆਏ ਤੇ ਜਿਹੜੇ ਪੋਲੀਟੀਸ਼ੀਅਨ ਹੁੰਦੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਹਮ ਸਾਡੇ ਕੰਟਰੋਲ ਚ ਹੈ, ਅਸੀਂ ਸਾਰਾ ਕੁਝ ਕੰਟਰੋਲ ਕਰਾਂਗੇ, ਸਭ ਠੀਕ ਹੋਊਗਾ, ਉਹ ਜਿਹੜੇ ਦਿਲਾਸੇ ਹੈ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਬੜੀਆਂ ਖਤਰਨਾਕ। ਦੇਖੋ ਤੁਸੀਂ ਇਹਦੇ ਚ ਇੱਕ ਚੀਜ਼ ਵੇਖੋ ਕਿ 31 ਦਸੰਬਰ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵਾਰਨਿੰਗ ਦੇ ਦਿੱਤੀ, ਓਕੇ, WHO ਨੇ, ਕਿ ਇਹ ਪ੍ਰੋਬਲਮ ਆ ਰਹੀ ਹੈ, ਉਹਨਾਂ ਨੇ ਇਹ ਕਹਿ ਦਿੱਤਾ। 11 ਤੁਸੀਂ ਇਹਦਾ ਥੋੜਾ ਜਿਹਾ ਨਾ ਟਾਈਮ ਲਾਈਨ ਜਦੋਂ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਆਪਣੇ ਆਪ ਹੀ ਉਹ ਤਰੀਕਾ, ਉਹ ਅੰਕੜੇ ਤੁਹਾਨੂੰ ਬੜਾ ਕੁਛ ਦੱਸੀ ਜਾ ਰਹੇ ਹੈ, ਬੜਾ ਕੁਛ ਤੁਹਾਨੂੰ ਕਹੀ ਜਾ ਰਹੇ ਹੈ। 31 ਦਸੰਬਰ ਨੂੰ WHO ਨੇ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਐਲਾਨ ਕੀਤਾ ਕਿ ਇਹ ਵਾਰਨਿੰਗ ਹੈ, ਤੁਹਾਨੂੰ ਚੇਤਾਵਨੀ ਹੈ, ਸਮਝ ਜਾਓ। 11 ਜਨਵਰੀ ਨੂੰ ਚੀਨ ਨੇ ਪਹਿਲਾ ਕੇਸ ਰਿਪੋਰਟ ਕੀਤਾ ਡੈਥ ਦਾ, ਓਕੇ, ਪਹਿਲਾ ਕੇਸ ਚੀਨ ਦੇ ਵਿੱਚ 11 ਜਨਵਰੀ ਨੂੰ ਕੀਤਾ, ਓਕੇ, ਔਰ 20 ਜਨਵਰੀ ਨੂੰ ਅਮਰੀਕਾ ਦੇ ਵਿੱਚ ਪਹਿਲੀ ਡੈਥ ਹੋਈ ਹੈ, ਓਕੇ, 9 ਦਿਨ ਦੇ। ਇਹਦਾ ਮਤਲਬ ਉਹ ਚੀਨ ਤੋਂ ਜਿਹੜਾ ਵਾਇਰਸ ਸੀ ਜਾਂ ਉਹ ਬਿਮਾਰੀ ਜਿਹੜੀ ਸੀ ਉਹ ਇੱਥੇ ਪਹੁੰਚ ਗਈ, ਔਰ 20 ਜਨਵਰੀ ਨੂੰ ਹੀ ਇਹੀ ਗੱਲ ਸਾਊਥ ਕੋਰੀਆ ਨੂੰ ਵੀ ਪਤਾ ਲੱਗ ਗਈ ਔਰ ਅਮਰੀਕਾ ਨੂੰ ਵੀ ਪਤਾ ਲੱਗ ਗਈ। ਹੁਣ ਸਾਊਥ ਕੋਰੀਆ ਇਤਨਾ ਛੋਟਾ ਜਿਹਾ ਮੁਲਕ ਹੈ ਔਰ ਅਮਰੀਕਾ ਉਸ ਤੋਂ ਕਈ ਗੁਣਾ ਵੱਡਾ, ਔਰ ਕਈ ਗੁਣਾ ਵੱਡਾ ਹੋ ਕੇ ਉਸਦੇ ਕੋਲ ਵੀ ਬਹੁਤ ਜ਼ਿਆਦਾ ਹੈਗੇ ਆ, ਪਰ ਉਹਨਾਂ ਨੇ, ਸਾਊਥ ਕੋਰੀਆ ਨੇ ਉਸਨੂੰ ਕੀ ਕੀਤਾ, ਉਹਨਾਂ ਨੇ ਇਹ ਮਤਲਬ 20 ਜਨਵਰੀ ਨੂੰ ਪਹਿਲਾ ਕੇਸ ਡਿਟੈਕਟ ਹੋਇਆ ਅਮਰੀਕਾ ਦੇ ਵਿੱਚ, ਇੱਕ ਬੰਦਾ 37 ਸਾਲ ਦਾ ਵੁਹਾਨ ਤੋਂ ਆਇਆ ਸੀ, ਓਕੇ, ਔਰ ਉਸ ਬੰਦੇ ਦਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਆ ਗਿਆ। ਉਹਦੇ ਬਾਅਦ 29 ਫਰਵਰੀ ਨੂੰ ਅਮਰੀਕਾ ਚ ਪਹਿਲੀ ਡੈਥ ਹੁੰਦੀ ਹੈ। ਹੁਣ ਤੁਸੀਂ ਅੰਦਾਜ਼ਾ, 29 ਫਰਵਰੀ ਤੋਂ ਅੱਜ 29 ਤਰੀਕ ਮਾਰਚ, ਇੱਕ ਮਹੀਨੇ ਚ ਉਹ ਇੱਕ ਤੋਂ ਲੈ ਕੇ ਫਿਗਰ ਕਿੱਥੇ ਵੱਧ ਗਏ, ਕਿੱਥੇ ਪਹੁੰਚ ਚੁੱਕਾ। ਸਾਊਥ ਕੋਰੀਆ ਨੇ ਕੀ ਕੀਤਾ, ਉਹਨਾਂ ਨੇ ਕੰਮ ਕੀਤਾ ਜਿਹੜਾ ਕਿ WHO ਕਹਿ ਰਿਹਾ, ਸ਼ੁਰੂ ਦਾ ਕਹਿ ਰਿਹਾ,
ਇਹ ਕੇਵਲ ਅਮਰੀਕਾ ਦੀ ਗੱਲ ਨਹੀਂ ਹੈ, ਹਿੰਦੁਸਤਾਨ ਦੀ ਗੱਲ ਨਹੀਂ, ਪਾਕਿਸਤਾਨ ਦੀ, ਚੀਨ ਦੀ, ਕਿਸੇ ਦੀ ਗੱਲ ਨਹੀਂ ਹੈਗੀ। ਉਹ ਸਾਰਿਆਂ ਦਾ ਉਹਨਾਂ ਇਹ ਕਹਿਣਾ ਹੈ ਕਿ ਜਿਹੜਾ ਤੁਸੀਂ ਇਹ ਜਿਹੜਾ ਸਿਸਟਮ ਹੁੰਦਾ ਜਿਸ ਨੂੰ ਤੁਸੀਂ ਸਿਸਟਮ ਦੇ ਵਿੱਚ ਤੁਹਾਡਾ ਹੈਗਾ, ਜਦੋਂ ਤੁਹਾਨੂੰ ਪਤਾ ਲੱਗੇ ਉਹਨੂੰ ਅਲੱਗ ਥਲਗ ਕਰ ਦੋ, ਜਿਵੇਂ ਛੂਤ ਦੀ ਬਿਮਾਰੀ ਹੈ ਉਹਨੂੰ ਵੱਖਰਾ ਕਰ ਦਿੱਤਾ ਜਾਂਦਾ, ਔਰ ਵੱਖਰਾ ਕਰਕੇ ਫਿਰ ਤੁਸੀਂ ਉਹਦਾ ਕਰੋ, ਬਾਕੀ ਦੇ ਬੰਦਿਆਂ ਨੂੰ ਲੱਭੋ ਜਿਹਨਾਂ ਨੂੰ ਇਹ ਵਾਇਰਸ ਹੋ ਚੁੱਕਾ ਹੈ, ਉਹਨਾਂ ਨੂੰ ਟਰੈਕ ਕਰੋ, ਉਹਨਾਂ ਨੂੰ ਟ੍ਰੇਸ ਕਰੋ। ਪਹਿਲੀ ਗੱਲ ਤਾਂ ਉਹ ਬੰਦਾ ਆਈਡੈਂਟੀਫਾਈ ਕਰੋ, ਉਹਨੂੰ ਲੋਕਡਾਊਨ ਕਰੋ ਤਾਂ ਕਿ ਉਹ ਹੋਰ ਨੂੰ ਕਿਸੇ ਨੂੰ ਫੈਲਾ ਨਾ ਸਕੇ, ਔਰ ਫਿਰ ਬੰਦਿਆਂ ਦਾ ਟਰੈਕਿੰਗ ਕਰੋ ਕਿ ਹੋਰ ਉਹ ਕਿੱਥੇ ਜਾ ਚੁੱਕਾ। ਪਰ ਇਹੀ ਹਾਲਤ ਹੁਣ ਤੁਸੀਂ ਭਾਵੇਂ ਆਪਣੇ ਮੁਲਕ ਦੀ ਗੱਲ ਕਰ ਲਈਏ, ਹਿੰਦੁਸਤਾਨ ਦੀ ਕਰ ਲਈਏ, ਹੋਰ ਮੁਲਕਾਂ ਦੀ ਕਰ ਲਈਏ, ਜਿਨ੍ਹਾਂ ਮੁਲਕਾਂ ਨੇ ਇਸ ਨੂੰ ਧਿਆਨ ਨਹੀਂ ਦਿੱਤਾ ਹੁਣ ਉਹ ਬੰਦੇ ਤੁਰਦੇ ਫਿਰਦੇ ਨਜ਼ਰ ਆ ਰਹੇ ਹੈ, ਪਰ ਜਿਸ ਦੇ ਅੰਦਰ ਇਹ ਵਾਇਰਸ ਜਾ ਚੁੱਕਾ ਹੈ ਉਹ ਘੱਟੋ ਘੱਟ 15-20 ਦਿਨ ਦੇ ਬਾਅਦ ਉਹ ਨਿਕਲੇਗਾ, ਉਹ ਸਾਹਮਣੇ ਆਏਗਾ। ਹੁਣ 15-20 ਦਿਨ ਦੇ ਬਾਅਦ ਜਦੋਂ ਵਾਪਸ ਆਏਗਾ, ਉਹ 15 ਦਿਨ ਕਿੰਨੇ ਹਜ਼ਾਰ ਬੰਦਿਆਂ ਤੱਕ ਉਹ ਫੈਲ ਚੁੱਕਾ ਹੋਏਗਾ, ਇਹ ਤੁਸੀਂ ਲਗਾਓ। ਬਿਲਕੁਲ ਬਿਲਕੁਲ ਬਿਲਕੁਲ, ਇੱਕ ਤੋਂ 50-50 ਤੋਂ ਫਿਰ 500-500 ਤੋਂ 5,000 ਤੋਂ 50,000 ਤੇ 5,00,000, ਇਸ ਤਰ੍ਹਾਂ ਇਹ ਫਿਗਰ ਜਾ ਰਿਹਾ ਹੈਗਾ। ਠੀਕ ਹੈ ਜੀ, ਇਹ ਜਿਹੜੀ ਹੈ ਇਸ ਨੂੰ ਨਹੀਂ ਕੀਤਾ ਗਿਆ, ਅਮਰੀਕਾ ਜਿਸ ਕਰਕੇ ਨਹੀਂ ਕੀਤਾ, ਇੱਥੋਂ ਦੇ ਜਿਹੜੇ ਸਿਸਟਮ ਹੈ ਇਹ ਕਹਿੰਦੇ ਜੀ ਅਸੀਂ ਅਗਰ ਲੋਕਡਾਊਨ ਕੀਤਾ, ਲੋਕਾਂ ਨੂੰ ਰੋਕਿਆ ਤਾਂ ਇੱਥੇ ਬਿਜ਼ਨਸ ਨੁਕਸਾਨ ਹੋਏਗਾ। ਅੱਛਾ, ਅਮਰੀਕਾ ਨੇ ਲੋਕਡਾਊਨ ਨਹੀਂ ਕੀਤਾ। ਸਵਾਲ ਤਾਂ ਹੈਗਾ ਕਿ ਚੋਇਸ ਜਿਹੜੀ ਹੈ ਨਾ, ਚੋਣ ਦੋ ਵਿੱਚ ਹੈ, ਇੱਕ ਤਾਂ ਹੈ ਲੋਕਾਂ ਦੀ ਮੌਤ ਤੇ ਦੂਜੇ ਪਾਸੇ ਹੈਗਾ ਮਾਇਆ। ਇਹ ਤਾਂ ਓਦਾਂ ਹੀ ਹੋ ਗਿਆ ਕਿ ਬਾਣੀਆਂ ਕਵੇ ਜੀ ਮੈਂ ਹੱਟੀ ਨੀ ਬੰਦ ਕਰਨੀ, ਭਾਵੇਂ ਬੰਦੇ ਮਰ ਜਾਂਦੇ, ਘਰ ਦੇ ਮਰ ਜਾਣ, ਕੋਈ ਗੱਲ। ਇਹ ਬੜੀ ਹੀ ਮਤਲਬ ਇੱਕ ਭਿਆਨਕ ਜਿਹੜੀ ਚੀਜ਼ ਹੈ, ਜਦੋਂ ਇੱਥੇ ਪਤਾ ਲੱਗਾ ਮੈਨੂੰ ਤਾਂ ਅਫਸੋਸ ਵੀ ਹੋ ਰਹੀ ਹੈ। ਮੈਂ ਹਿੰਦੁਸਤਾਨ ਦੇ ਵਿੱਚ ਵੀ ਦੇਖਿਆ ਵਟਸਐਪ ਦੇ ਉੱਤੇ ਮੈਸੇਜਸ ਆ ਰਹੇ ਸੀ ਜੀ, ਅਮਰੀਕਾ ਦੇ ਇੰਨੇ ਮਰ ਗਏ, ਫਲਾਣਾ ਹੋ ਗਿਆ, ਇਹ ਹੋ ਗਿਆ, ਦੇਖੋ ਸਾਡੀ ਸਰਕਾਰ ਨੇ ਕੰਟਰੋਲ ਕਰ ਲਿਆ, ਇੱਕ ਵੀ ਕੇਸ ਨਹੀਂ ਹੈ। ਮਤਲਬ ਇਹ ਜਿਹੜੀ ਤੁਸੀਂ ਕਿਸੇ ਕਬੂਤਰ ਜਿਹੜਾ ਉਹ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲਵੇ ਕਿ ਜੀ ਅਸੀਂ ਬੜੇ ਵੱਡੇ ਹਾਂ ਜੀ, ਅਸੀਂ ਇਹ ਹਾਂ ਜੀ, ਅਸੀਂ ਵਿਦਵਾਨ ਹਾਂ, ਤਾਂ ਇਹ ਤਾਂ ਜਿਹੜਾ ਇਹ ਜਿਹੜੀ ਆਪਦਾ ਹੈਗੀ ਹੈ ਇਸਨੇ ਕਿਸੇ ਦਾ ਖਿਆਲ ਨਹੀਂ ਕਰਨਾ, ਇਹਨੇ ਕਿਸੇ ਨੂੰ ਨਹੀਂ ਛੱਡਣਾ, ਹੈਨਾ ਜੀ। ਇਹ ਤਾਂ ਕਿਸੇ ਵੀ ਬੰਦਾ ਇਹ ਲਿਹਾਜ਼ ਨਹੀਂ ਕਰਦਾ। ਇਹ ਤਾਂ ਉਹੀ ਹਿਸਾਬ ਹੈਗਾ ਕਿ ਬਾਰੇ ਬੁੱਢੇ ਤਰਨੇ ਭਈਆ ਸਭ ਨੂੰ ਜੰਮ ਲੈ ਜਾਈ ਯਾਰ, ਇਹ ਤਾਂ ਉਹ ਹੈ, ਇਹ ਹੈ ਬਿਲਕੁਲ ਬਿਲਕੁਲ ਬਿਲਕੁਲ। ਇਹਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ, ਵੱਡੇ ਛੋਟੇ ਦਾ, ਕੋਈ ਅਮੀਰ ਗਰੀਬ ਦਾ, ਕੋਈ ਧਰਮ ਦਾ, ਵਿਤਕਰੇ ਦਾ, ਕੋਈ ਫਰਕ ਨਹੀਂ ਕਰਦਾ ਹੈ ਵਾਇਰਸ। ਮੈਨੂੰ ਲੱਗਦਾ ਜਿਨ੍ਹਾਂ ਨੇ ਸ਼ਾਇਦ ਭੁਲੇਖੇ ਸੀਗੇ ਉਹ ਆਪਣੇ ਭੁਲੇਖੇ ਦੂਰ ਕਰ ਦੇਣ, ਕਿ ਜਿਵੇਂ ਰੱਬ ਦੀ ਨਜ਼ਰ ਚ ਸਾਰੇ ਇੱਕੋ ਹੈ ਨਾ, ਉਵੇਂ ਸ਼ੈਤਾਨ ਦੀ ਨਜ਼ਰ ਦੇ ਵਿੱਚ ਵੀ ਸਾਰੇ ਇੱਕੋ ਹੀ ਆ। ਨਹੀਂ, ਕੋ ਰੱਬ ਸ਼ੈਤਾਨ ਕੋ ਵੱਖਰਾ ਨਹੀਂ, ਉਹ ਰੱਬ ਦੀ ਹੀ ਹੈਗਾ, ਉਹ ਨਮੋ ਕਲੇ ਕਰਤਾ ਨਮੋ ਕਰੂਰ ਕਰਮੇ, ਉਹ ਸਾਰਾ ਉਹਦਾ ਹੀ ਹੈ। ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਇਸ ਵੇਲੇ ਕਿ ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕਹੂ ਪਈਏ ਰੇ, ਫਿਰ ਵਾਰਨਿੰਗ ਹੈ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦਵਾਈਏ ਰੇ। ਬਿਲਕੁਲ ਬਿਲਕੁਲ ਬਿਲਕੁਲ, ਸਿਰਵਰੋਣਾ ਸਿੱਧੇ ਉਸਦੀ ਗੱਲ ਨੂੰ, ਉਹਦੇ ਹੁਕਮ ਨੂੰ, ਉਹਦੇ ਨਿਸ਼ਾਨੀਆਂ ਨੂੰ ਸਮਝੋ ਕਿ ਤੁਹਾਨੂੰ ਕਿੱਥੇ ਲਿਜਾ ਰਿਹਾ, ਕੀ ਸੁਨੇਹਾ ਦੇ ਰਿਹਾ। ਪਰ ਜੇ ਅਸੀਂ ਨਹੀਂ, ਅਸੀਂ ਫਿਰ ਆਪਣੀਆਂ ਚਤਰਾਈਆਂ ਦੇ ਵਿੱਚ, ਅਸੀਂ ਆਪਣੀ ਸਿਆਣਪ ਦੇ ਵਿੱਚ ਅਸੀਂ ਚਲੇ ਜਾਵਾਂਗੇ, ਤਾਂ ਅਫਸੋਸ ਇਹ ਹੈ ਕਿ ਅਜੇ ਵੀ ਇੱਥੇ ਕਿਹਾ ਜਾ ਰਿਹਾ ਕਿ ਨਹੀਂ ਜੀ ਅਸੀਂ ਬੰਦ ਨਹੀਂ ਕਰਨਾ, ਅਸੀਂ ਬਿਜ਼ਨਸ ਖੋਲਣੇ ਆ। ਤਾਂ ਹੀ ਕਰਕੇ 3-4 ਦਿਨ ਪਹਿਲੇ ਬਿਲ ਗੇਟਸ ਆਇਆ ਸੀ, ਤੇ ਜਿਹੜਾ ਕਿ ਇੰਨਾ ਮਤਲਬ ਵਾਕਈ ਸਿਆਣਾ ਹੈ, ਕਿਹਾ ਜਾ ਸਕਦਾ ਹਰ ਪੱਖੋਂ ਹੈ, ਔਰ ਉਸਨੇ ਪਹਿਲਾਂ ਵਾਰਨਿੰਗ ਵੀ ਦਿੱਤੀ ਸੀ ਕਿ ਇਹ ਬੜੀ ਵੱਡੀ ਆਪਦਾ ਸੰਸਾਰ ਤੇ ਆਉਣ ਵਾਲੀ ਹੈ ਜਦੋਂ ਲੋਕ ਕੁਦਰਤ ਤੋਂ ਇੰਨੀ ਦੂਰ ਜਾ ਰਹੇ ਹੈ। ਔਰ ਉਸ ਬਿਲ ਗੇਟਸ ਨੇ ਕਿਹਾ ਸੀਗਾ, ਉਹਨੇ ਦਿੱਤੀ ਸੀ, ਔਰ ਹੁਣ ਉਹਨੂੰ ਪੁੱਛਿਆ ਗਿਆ ਕਿ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਅਸੀਂ ਇਹ ਖੋਲ ਦਈਏ ਸਾਰੇ ਬਿਜ਼ਨਸ ਔਰ ਸਾਰਾ ਕੁਝ ਕਰ ਦਈਏ, ਤਾਂ ਉਹਨੇ ਕਿਹਾ ਸੀ ਹਾਂ ਜ਼ਰੂਰ ਖੋਲ ਦਿਓ, ਚੰਗੀ ਗੱਲ ਲੱਗੀ ਹੈ, ਪਰ ਖੋਲ ਕੇ ਫਿਰ ਇਹ ਹੋਏਗਾ, ਇੱਕ ਪਾਸੇ ਤੁਸੀਂ ਹੋਟਲ ਦੇ ਵਿੱਚ, ਕਲੱਬ ਵਿੱਚ, ਰੈਸਟੋਰੈਂਟ ਜਾ ਰਹੇ ਹੋਵੋਗੇ, ਤੇ ਉਸੇ ਸੜਕ ਦੇ ਕਾਰਨਰ ਦੇ ਉੱਤੇ ਲਾਸ਼ਾਂ ਦੇ ਢੇਰ ਲੱਗੇ ਹੋਣਗੇ। ਬਿਲਕੁਲ ਬਿਲਕੁਲ ਬਿਲਕੁਲ, ਇਹ ਕੋਈ ਅਤਕਥਨੀ ਨਹੀਂ ਹੈ, ਅਤਕਥਨੀ ਨਹੀਂ ਹੈ। ਅੱਛਾ, ਜੇ ਤੁਹਾਡੇ ਕੋਲ ਅਗਰ ਗਿਣਤੀ ਘੱਟ ਹੈ, ਅੰਕੜੇ ਘੱਟ ਹੈ, ਇੱਕ ਤਾਂ ਅੰਕੜੇ
ਮਤਲਬ ਉਹ ਕਿਹਾ ਸੀ ਕਿ ਤਿੰਨ ਕਿਸਮ ਦੇ ਆਂਕੜੇ ਹੁੰਦੇ ਹਨ, ਕਿ ਇੱਕ ਹੁੰਦਾ ਹੈ ਝੂਠ, ਬਿਲਕੁਲ ਇੱਕ ਹੁੰਦਾ ਹੈ ਐਬਸੋਲਿਊਟ ਝੂਠ, ਤੇ ਇੱਕ ਹੁੰਦਾ ਹੈ ਆਂਕੜੇ, ਤੇ ਉਹ ਵੀ ਸਰਕਾਰੀ ਆਂਕੜੇ। ਹੁਣ ਆਂਕੜੇ ਨਾਲ ਤੁਸੀਂ ਇਸ ਨੂੰ ਮਿਣ ਨਹੀਂ ਸਕ ਰਹੇ। ਹੁਣ ਤਾਂ ਇਹ ਆਂਕੜੇ ਜਿਸ ਤਰ੍ਹਾਂ ਵੱਧ ਰਹੇ ਹਨ ਨਾ, ਇਹ ਤਾਂ ਤੁਹਾਡੀ ਕੈਲਕੂਲੇਸ਼ਨ ਤੋਂ ਵੀ ਬਾਹਰ ਚਲੇ ਜਾਣਗੇ, ਉਹਨੇ ਓਕੇ ਡਿਜਿਟ ਤੋਂ ਬਾਹਰ ਜਾ ਰਹੇ ਆ। ਓਕੇ ਠੀਕ ਹੈ ਜੀ, ਸੋ ਇਹ ਬਸ ਇੰਨਾ ਸਮਝ ਲਓ ਕਿ ਇਹਦੀ ਗਿਣਤੀ ਵੀ ਨਹੀਂ ਹੋਣੀ ਇੱਕੇ ਨਾਲ ਹੈ, ਅਗਰ ਹਾਲੇ ਵੀ ਨਹੀਂ ਇਸ ਚੀਜ਼ ਨੂੰ ਕੀਤਾ ਗਿਆ। ਔਰ ਉਹ ਯਾਨੀ ਤੁਹਾਨੂੰ ਲੱਗਦਾ ਕਰਨਾ ਕਿ ਕੀ ਹੈ, ਇਹ ਆਂਕੜੇ ਫੈਕਚੁਅਲ ਠੀਕ ਹੈਗੇ ਆ ਜਾਂ ਅਸਲ ਦੇ ਵਿੱਚ ਇਹ ਆਂਕੜੇ ਕੁਝ ਹੋਰ ਕਹਿ ਰਹੇ ਆ, ਤੁਹਾਨੂੰ ਕੀ ਲੱਗਦਾ? ਨਹੀਂ, ਇਹ ਆਂਕੜੇ ਬਿਲਕੁਲ ਠੀਕ ਹੈ, ਇਹ ਆਂਕੜੇ ਬਿਲਕੁਲ ਠੀਕ ਹੈ। ਇਸ ਕਰਕੇ ਠੀਕ ਹੈਗੇ ਆ ਕਿ ਦੇਖੋ, ਹੁਣ ਬੜਾ ਛੋਟਾ ਜਿਹਾ ਇੱਕ ਲੈ ਲਓ ਹਵਾਲਾ, ਕਿ ਪਤੀਲਾ ਅੱਗ ਦੇ ਉੱਤੇ ਪਿਆ ਹੋਏ ਹਾਂ ਹਾਂ ਔਰ ਤੁਸੀਂ ਦੇਖ ਕੇ ਕਹਿ ਸਕਦੇ ਹੋ ਕਿ ਗਰਮ ਹੈ ਕਿ ਠੰਡਾ, ਠੀਕ ਗੱਲ ਹੈ। ਸਮਝ ਗਏ ਨਾ? ਹਾਂ ਹੁਣ ਹਾਂ ਬੰਦਾ, ਹੁਣ ਮੈਂ ਤੁਹਾਡੇ ਸਾਹਮਣੇ ਬੈਠਾ, ਮੈਨੂੰ ਨਹੀਂ ਪਤਾ ਕਿ ਮੇਰੀ ਕੀ ਹਾਲਤ ਹੈ, ਜਿੰਨੀ ਦੇਰ ਤੱਕ ਮੇਰਾ ਟੈਸਟ ਨਹੀਂ ਹੋਏਗਾ। ਬਿਲਕੁਲ ਬਿਲਕੁਲ ਅਮਰੀਕਾ ਵਰਗੇ ਮੁਲਕ ਵਿੱਚ ਇਹਨਾਂ ਦੇ ਕੋਲ ਟੈਸਟਿੰਗ ਦੇ ਸਾਧਨ ਨਹੀਂ ਹਨ। ਅਮਰੀਕਾ ਵਰਗੇ ਮੁਲਕ ਸਾਊਥ ਕੋਰੀਆ, ਅਮਰੀਕਾ ਚ ਸਾਊਥ ਨਹੀਂ ਹੈ? ਕੋਰੀਆ, ਸਿੰਗਾਪੁਰ ਨਾ, ਸਾਊਥ ਕੋਰੀਆ, ਸਿੰਗਾਪੁਰ, ਇਹਨਾਂ ਨੇ ਲਾਕਡਾਊਨ ਕਰਕੇ ਇੱਕ ਇੱਕ ਬੰਦੇ ਦੇ ਘਰ ਜਾ ਕੇ ਇਹਨਾਂ ਨੇ ਉਹਦੇ ਟੈਸਟ ਕੀਤੇ, ਇੱਕ ਇੱਕ ਬੰਦੇ। ਤੇ ਕੀ ਅਮਰੀਕਾ ਨੇ ਇਸ ਤਰੀਕੇ ਦੀ ਟੈਸਟਿੰਗ ਨਹੀਂ ਕੀਤੀ? ਕਦੀ ਸੋਚਿਆ ਨਹੀਂ ਸੀਗਾ, ਡਿਨਾਇਲ ਮੋਡ ਵਿੱਚ ਹੈ ਨਾ ਜੀ, ਸ਼ੁਰੂ ਚ ਕਿਹਾ ਜਾਂਦਾ ਰਿਹਾ ਨਹੀਂ ਇਹ ਤਾਂ ਕੁਛ ਨਹੀਂ ਹੈ ਜੀ, ਹੋ ਫੇਕ ਹੈ, ਇਹ ਖਬਰਾਂ ਝੂਠੀਆਂ, ਲੋਕਾਂ ਚ ਦਹਿਸ਼ਤ ਫੈਲਾ ਰਹੇ, ਔਰ ਇਹੀ ਹਾਲ ਸਾਡੇ ਆਪਣੇ ਵਤਨ ਦਾ ਹੈ। ਓਕੇ, ਅਸੀਂ ਬਿਲਕੁਲ ਠੀਕ ਹਾਂ ਜੀ, ਸਾਡੀ ਬੜੇ ਤਗੜੇ ਆ ਜੀ, ਸਾਨੂੰ ਕੌਣ ਕਰੇਗਾ, ਅਸੀਂ ਤੇ ਇਹ ਉਹ। ਸੋ ਸਵਾਲ ਹੈ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਜੀ ਅਸੀਂ ਬੜਾ, ਸਾਡੇ ਕੋਲ ਸਾਧਨ ਹੈ, ਸਭ ਕੁਛ ਹੈ, ਤੇ ਜੇਕਰ ਅਗਰ, ਹੈਲੋ, ਆ ਰਹੀ ਆਵਾਜ਼? ਹਾਂ ਬਿਲਕੁਲ ਬਿਲਕੁਲ ਠੀਕ ਤੁਸੀਂ, ਹਾਂ ਬਿਲਕੁਲ ਜੀ ਜੀ, ਅਗਰ ਅਸੀਂ ਇਹ ਕਹੀਏ ਕਿ ਜਿਹੜੀ ਇਹਦੀ ਸਭ ਤੋਂ ਪਹਿਲੀ ਅਲਾਮਤ ਹੈ, ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ, ਖੰਘ ਔਰ ਗਲਾ ਖਰਾਬ ਹੋਣਾ ਜਾਂ ਘੱਟੋ ਘੱਟ ਇਹ ਚੀਜ਼ ਤੇ ਦੇਖੀ ਜਾ ਸਕਦੀ। ਅੱਛਾ, ਜੇ ਅਗਰ ਸਾਡੇ ਕੋਲ, ਸਾਡੇ ਮੁਲਕ ਚ, ਮੈਂ ਸਾਡਾ ਮੁਲਕ ਭਾਰਤ ਦੀ ਗੱਲ ਕਰ ਰਿਹਾ, ਜੇ ਉਹਨਾਂ ਕੋਲ ਇਹਨਾਂ ਨੇ ਕਿ ਘਰ ਘਰ ਜਾ ਕੇ ਉਹ ਲੋਕਾਂ ਦੀ NRC ਤੇ ਸਿਟੀਜ਼ਨਸ਼ਿਪ ਤੇ ਹੋਰ ਚੀਜ਼ਾਂ ਦੀ ਉਹ ਗਿਣਵਾ ਸਕਦੇ ਆ, ਉਹਨਾਂ ਕੋਲ ਸਾਧਨ ਹੈ, ਤੇ ਇਹਦੀ ਨਹੀਂ ਕਰਾ ਸਕਦੇ ਸੀ? ਬਿਲਕੁਲ ਬਿਲਕੁਲ ਠੀਕ ਗੱਲ ਹੈ। ਇਹਦੇ ਲਈ ਕਿਉਂ ਨਹੀਂ ਧਿਆਨ ਜਾਣਾ? ਕਿਉਂਕਿ ਇਹ ਚੀਜ਼ ਜਿਹੜੀ ਹੈ ਇਹਨੇ ਤੇ ਕਿਸੇ ਦਾ ਲਿਹਾਜ਼ ਨਹੀਂ ਕਰਨਾ ਬਿਲਕੁਲ, ਕਿ ਤੁਸੀਂ ਇਸ ਨੂੰ ਛੱਡ ਦਿਓ ਤੇ ਇਹਨੂੰ ਕਰ ਦਿਓ ਤੇ ਇਹਦੇ ਚ ਕਰ ਦਿਓ, ਇਹ ਕਿਸੇ ਇਲਾਕੇ ਦਾ ਨਹੀਂ ਹੈਗਾ, ਇਹ ਤਾਂ ਸਾਰੇ ਸੰਸਾਰ ਦੀ ਹੈ। ਔਰ ਹੁਣ ਜਦੋਂ ਇਹ ਗੱਲ ਗਲੋਬਲਾਈਜ਼ ਹੋ ਚੁੱਕੀ ਹੈ, ਸੋ ਇਹਦਾ ਹੱਲ ਇਹੀ ਸੀਗਾ, ਇਹਦਾ ਹੱਲ ਇਹੀ ਸੀ, ਸਭ ਤੋਂ ਪਹਿਲੇ ਜਿਹੜਾ ਹੈ ਲਾਕਡਾਊਨ, ਹੁਣ ਲਾਕਡਾਊਨ ਕਰ ਦਿੱਤਾ, ਪਰ ਲਾਕਡਾਊਨ ਕਰਕੇ ਕੋਈ ਇਲਾਜ ਨਹੀਂ ਹੈ, ਉਹ ਇੱਕ ਸਟੈਪ ਹੈ ਨਾ, ਇੱਕ ਇੱਕ ਪਹਿਲਾ ਸਟੈਪ ਹੈ। ਲਾਕਡਾਊਨ ਕਰਕੇ ਤੁਸੀਂ ਕਰਨਾ ਕੀ ਹੈ? ਉਹਦੇ ਵਿੱਚ ਇਹ ਕਰਨਾ ਹੈ ਕਿ ਉਹ ਬੰਦੇ ਆਈਡੈਂਟੀਫਾਈ ਕਰਨੇ ਜਿਨ੍ਹਾਂ ਨੂੰ ਤਕਲੀਫ ਹੈ, ਹਾਂ ਬਿਲਕੁਲ ਬਿਲਕੁਲ, ਇਹਦਾ ਇਲਾਜ ਕਰਨਾ ਹੈ, ਫਿਰ ਉਹ ਲੱਭਣੇ ਹੈ ਕਿ ਉਹ ਬੰਦੇ ਹੈ ਕਿੱਥੇ, ਉਹਨਾਂ ਦੇ ਨਾਲ ਕਿਹੜੇ ਸੰਪਰਕ ਚ ਆਏ ਆ। ਠੀਕ ਹੈ, ਹੁਣ ਰੂਸ ਵਗੈਰਾ ਨੇ, ਉਹਨਾਂ ਨੇ ਕੀਤਾ ਕਿ ਬੰਦਿਆਂ ਦੇ ਮੋਬਾਈਲ ਬੋਲ, ਜਿਹਨਾਂ ਨੂੰ ਬਿਮਾਰੀ ਤਕਲੀਫ ਹੋਈ ਹੈ, ਉਹਨਾਂ ਦੇ ਮੋਬਾਈਲ ਫੋਨ ਲੈ ਕੇ GPS ਤੋਂ ਇਹ ਪਤਾ ਲਗਾ ਲਿਆ ਕਿ ਪਿਛਲੇ 3 ਮਹੀਨੇ ਚੋਂ ਕਿੱਥੇ ਕਿੱਥੇ ਗਏ ਸੀ। ਓਕੇ, ਅੱਛਾ, ਹਾਂਜੀ। ਸੋ ਤੇ ਜਿਹੜੀਆਂ ਸਰਕਾਰਾਂ ਕੁਝ ਕਰਨੀਆਂ ਚਾਹੁੰਦੀਆਂ, ਪਰ ਇੱਕ ਗੱਲ ਪੱਕੀ ਗੱਲ ਹੈ ਨਾ, ਕਿ ਇਹ ਬਿਮਾਰੀ, ਇਹ ਜਿਹੜੀ ਆਪਦਾ ਹੈ, ਇਹ ਵਿਪਦਾ ਹੈ, ਇਹ ਉਹਨਾਂ ਦੇ ਨਾਲ ਨਹੀਂ ਰੁਕਣ ਵਾਲੀ। ਹੁਣ ਇੱਕ ਕੰਮ ਸਰਕਾਰਾਂ ਦਾ ਔਰ ਇੱਕ ਕੰਮ ਆਪਣੇ ਆਪ ਦਾ ਹੈ ਨਾ ਜੀ, ਉਹਨੇ ਕੀ ਕਰਨਾ, ਇਹ ਦੋ ਚੀਜ਼ਾਂ ਨਾ, ਦੋਨਾਂ ਨੂੰ ਆਈਡੈਂਟੀਫਾਈ ਕਰਨਾ ਨਾ। ਹੁਣ ਮੈਂ ਕੀ ਕਰ ਸਕਦਾ, ਮੇਰੇ ਪਿੰਡ ਚ ਅੱਗ ਲੱਗੀ ਹੈ ਤੇ ਮੈਂ ਹੁਣ ਘਰ ਬਚਾਵਾਂ ਕਿ ਪਿੰਡ ਬਚਾਵਾਂ, ਮੈਂ ਹੁਣ ਆਪਣੇ ਆਪ ਨੂੰ ਬਚਾਵਾਂ ਕਿ ਮੈਂ ਕੀ ਕਰਾਂ, ਮੈਂ ਪਰਿਵਾਰ ਨੂੰ ਬਚਾਵਾਂ, ਮੈਂ ਕੀ ਕਰਾਂ। ਦੇਖੋ ਹਾਲਤ ਇੰਨੀ ਖਰਾਬ ਹੈ, ਇੰਨੀ ਖਰਾਬ ਹੈ, ਮੈਂ ਕੋਈ ਇਹ ਨਹੀਂ ਗਾ ਕਿ ਕੋਈ ਮੈਂ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ, ਤੁਸੀਂ ਕਹੋਗੇ ਦਹਿਸ਼ਤ ਕਰਦਾ, ਨਹੀਂ ਪਰ ਉਹ ਨਹੀਂ ਗੱਲ ਸੱਚ ਕਰ ਨੂੰ ਰਿਹਾ, ਅਸੈਪਟ ਕਰਨਾ ਪਏਗਾ, ਸੱਚ ਨੂੰ ਅਸੈਪਟ ਕਰਨਾ ਪਏਗਾ ਜੀ। ਸਮੇਂ ਦਾ ਜਿਸ ਬੰਦੇ ਨੂੰ ਤਕਲੀਫ ਹੋ ਜਾਂਦੀ ਹੈ, ਜਿਸ ਬੰਦੇ ਨੂੰ ਤਕਲੀਫ ਹੋ ਜਾਂਦੀ ਹੈ, ਉਸ ਬੰਦੇ ਨੂੰ ਅਗਰ ਉਹ ਚਲਾ ਜਾਂਦਾ ਹੈ ਔਰ ਉੱਥੇ
ਉਹਦੀ ਮੌਤ ਹੋ ਜਾਂਦੀ ਹੈ ਹਾਂਜੀ ਤਾਂ ਉਸਦੇ ਮ੍ਰਿਤਕ ਸਰੀਰ ਨੂੰ ਉਹਦੇ ਵਾਰਸਾਂ ਦੇ ਨਹੀਂ ਕੀਤਾ ਜਾਂਦਾ, ਇਹ ਸਭ ਤੋਂ ਵੱਡੀ ਕਸ਼ਮਕਸ਼ ਹੈ। ਸਿੱਧਾ ਹੀ ਉਸਨੂੰ ਲਿਜਾ ਕੇ ਤੇ ਉਹਦਾ ਸੰਸਕਾਰ ਕਰ ਦਿੰਦੇ, ਉਹ ਜਿੱਦਾਂ ਵੀ ਕਰਕੇ ਪੋਲੀਥਿਨ ਜਿੱਦਾਂ ਦੇ ਵਿੱਚ ਪੈਕ ਕਰਕੇ ਤੁਸੀਂ ਦੇਖ ਵੀ ਨਹੀਂ ਸਕਦੇ ਉਹਨੂੰ। ਮੈਂ ਬਹੁਤੀ ਹੁਣ ਜ਼ਿਆਦਾ ਨਹੀਂ ਦੇਖਾ, ਮਤਲਬ ਹਾਲਤ ਖਰਾਬ ਹੈ। ਅੱਛਾ, ਦੂਜੇ ਪਾਸੇ ਦੇਖੋ ਇੱਥੇ ਅਮਰੀਕਾ ਵਿੱਚ ਹੀ ਕੇਸਿਸ ਹੋ ਚੁੱਕੇ ਨੇ ਕਮਿਊਨਿਟੀ ਦੇ ਆਪਣੇ, ਔਰ ਉਹਨਾਂ ਦਾ ਲੋਕਲ ਮੀਡੀਆ 'ਚ ਕਿਧਰੇ ਜ਼ਿਕਰ ਨਹੀਂ ਹੈਗਾ, ਓਕੇ ਕਿਧਰੇ ਜ਼ਿਕਰ ਨਹੀਂ ਹੈਗਾ, ਕੋਈ ਨਹੀਂ। ਹੁਣੇ 3-4 ਦਿਨ ਪਹਿਲੇ ਇੱਕ 27 ਸਾਲਾ ਨੌਜਵਾਨ ਸੀ ਕੁਰੂਕਸ਼ੇਤਰ ਦਾ, ਹਾਂਜੀ, ਤੇ ਉਸਦਾ ਨਾਂ ਸੀਗਾ, ਉਹਦੀ ਮੌਤ ਹੋਈ ਹੈ। ਕੁਛ ਦਿਨ ਪਹਿਲੇ ਇੱਥੇ MTA ਜਿਹੜੀ ਟਰਾਂਸਪੋਰਟ ਸਰਵਿਸ ਹੈ ਗਵਰਨਮੈਂਟ ਦੀ, ਮੈਟਰੋ ਰੇਲ ਸਰਵਿਸ, ਉਹਦੇ ਚੀਫ ਇੰਜੀਨੀਅਰ ਸਨ ਸਰਦਾਰ ਮਹਿੰਦਰ ਸਿੰਘ ਹੇਅਰ, ਓਕੇ, ਜਿਹਨਾਂ ਨੇ ਇੰਨਾ ਕਿੰਨੇ ਸਾਲ 20-25 ਸਾਲ ਨੂੰ ਕੀਤਾ, ਔਰ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੂੰ ਦੁਬਾਰਾ MTA ਨੇ ਦੁਬਾਰਾ ਐਜ਼ ਏ ਡਾਇਰੈਕਟਰ ਲਿਆ। ਉਹ ਇਸਦੇ ਸ਼ਿਕਾਰ ਹੋ ਗਏ, ਉਹਨਾਂ ਦੀ ਮੌਤ ਹੋ ਗਈ, ਗੁਜ਼ਰ ਗਏ, ਓਕੇ, ਮਗਰ ਉਹਨਾਂ ਦਾ ਵੀ ਕੋਈ ਜ਼ਿਕਰ ਨਹੀਂ। ਹੁਣੇ ਦੱਸ ਰਹੇ ਕਿ ਸ਼ਿਕਾਗੋ ਦੇ ਉੱਥੋਂ ਖਬਰ ਆ ਰਹੀ ਹੈ ਕੋਈ ਇੱਕ ਲੜਕੀ ਹੈ ਉਹਦੀ ਮੌਤ ਹੋਈ ਹੈ ਇਸ ਤਰ੍ਹਾਂ ਕਰਕੇ। ਓਕੇ, ਤੋ ਇਹਦੇ ਵਿੱਚ ਮਤਲਬ ਦੇਖੋ ਸਵਾਲ ਦੇ ਰੋਸ ਇਹ ਹੈ ਕਿ ਇੱਥੇ ਅਮਰੀਕਾ ਦੇ ਵਿੱਚ ਅਜੇ ਤੱਕ ਦੇ ਕੋਲ ਨਾ ਤਾਂ ਨਾ ਪ੍ਰੋਟੈਕਟਿਵ ਗੇਅਰ ਹੈ, ਨਾ ਉਹਦੇ ਕੋਲ ਸ਼ੀਲਡਸ ਹੈ, ਨਾ ਉਹਨਾਂ ਕੋਲ ਦਵਾਈਆਂ ਪੂਰੀਆਂ, ਤੇ ਬਾਕੀ ਉੱਥੇ ਦਾ ਕੀ ਹਾਲ ਹੈ ਮੈਂ ਨਹੀਂ ਕਹਿ ਸਕਦਾ। ਉੱਥੇ ਦੇ ਡਾਟਾ ਜੇ ਅਸੀਂ ਪੋਲੀਟੀਸ਼ੀਅਨ ਤੋਂ ਸੁਣਾਂਗੇ ਤੇ ਬੜੀ ਚੰਗੀ ਉਹ ਪਿਕਚਰ ਜਿਹੜੀ ਹੈ ਉਹ ਕ੍ਰੀਏਟ ਕਰ ਦਿੰਦੇ ਹੈਗੇ। ਚੰਗੀ ਗੱਲ ਹੈ, ਵਾਹਿਗੁਰੂ ਕਰੇ ਇਸੇ ਤਰ੍ਹਾਂ ਹੀ ਹੋਏ ਕਿ ਉਹਨਾਂ ਕੋਲ ਸਾਰਾ ਕੁਝ ਹੋਏ, ਪਰ ਜੇ ਤੁਹਾਨੂੰ ਅਗਰ ਡਾਟਾ ਨਹੀਂ ਮਿਲ ਰਿਹਾ ਨਾ, ਅਗਰ ਡਾਟਾ ਤੁਹਾਨੂੰ ਲੱਗ ਰਿਹਾ ਘੱਟ, ਤੇ ਇਹਦੇ ਚ ਕੋਈ ਬਹੁਤੀ ਤਸੱਲੀ ਜਾਂ ਖੁਸ਼ੀ ਵਾਲੀ ਗੱਲ ਨਹੀਂ। ਉਹਦਾ ਕਾਰਨ ਇਹ ਹੈਗਾ ਕਿ ਲੋਕਾਂ ਦੇ ਟੈਸਟ ਨਹੀਂ ਹੋਏ। ਜੇ ਟੈਸਟ ਹੋਣਗੇ ਤਾਂ ਸ਼ਾਇਦ ਡਾਟਾ ਕੁਝ ਤਸਵੀਰ ਬਦਲ ਜਾਏਗੀ, ਤੁਹਾਨੂੰ ਲੱਗਦਾ? ਇੱਕਦਮ ਬਿਲਕੁਲ ਬਦਲ ਜਾਏਗੀ। ਓਕੇ, ਉਹ ਤੇ ਫਿਰ ਜਿਵੇਂ ਜਿਵੇਂ ਉਹ ਪਾਣੀ ਪਾਓ ਤੇ ਖੁੱਡ ਚੋਂ ਜਿਵੇਂ ਕੀੜੀਆਂ ਨਿਕਲਦੀਆਂ ਉਦਾਂ ਦਾ ਆ ਜਾਏਗਾ ਫਿਰ। ਓਹੋ, ਸਵਾਲ ਇਹ ਹੈ ਨਾ ਕਿ ਜਿਹੜਾ ਜਿਹੜਾ ਇਮਤਿਹਾਨ ਚ ਨਹੀਂ ਬੈਠਾ ਫੇਲ ਕਿੱਦਾਂ ਹੋਏਗਾ? ਤੁਹਾਨੂੰ ਲੱਗਦਾ ਇੰਡੀਆ ਤੋਂ ਕੰਟਰੋਲ ਹੋ ਸਕਦਾ? ਇਹ ਤੁਸੀਂ ਉੱਥੇ ਦੇ ਉਹਨਾਂ ਨੂੰ ਪੁੱਛੋ ਜਿਹੜੇ ਮੈਡੀਕਲ ਵਾਲੇ ਹੈਗੇ, ਤੁਹਾਡਾ ਆਪਦਾ ਵੀ ਕੁਛ ਐਕਸਪੀਰੀਅੰਸ ਹੋਏਗਾ। ਮੈਂ ਚਾਹਾਂਗਾ ਦਰਸ਼ਕ ਜਿਹੜੇ ਸਾਡੇ ਅਕਾਲ ਚੱਲਣ ਦੇ, ਕਿਉਂਕਿ ਮੈਂ ਦੇਖ ਰਿਹਾ ਫੇਸਬੁੱਕ ਤੇ ਕਾਫੀ ਜ਼ਿਆਦਾ ਸੈਕੜੋ ਲੋਕ ਦੇਖਦੇ ਪਏ ਨੇ ਅਜੇ ਵੀ ਲਾਈਵ ਦੇਖ ਰਹੇ ਨੇ, ਤੁਸੀਂ ਦਰਸ਼ਕੋ ਅਕਾਲ ਚੰਦਕ ਦੇ ਦਰਸ਼ਕੋ, ਤੁਸੀਂ ਸਾਨੂੰ ਇਸ ਸ਼ੋਅ ਦੇ ਵਿੱਚ ਜੁਆਇਨ ਕਰ ਸਕਦੇ ਹੋ। ਆਪਣਾ ਕੋਈ ਸਵਾਲ ਤੁਸੀਂ ਪੇਸ਼ ਕਰਨਾ ਚਾਹੋ, ਆਪਣੀ ਕੋਈ ਤੁਸੀਂ ਰਾਏ ਰੱਖਣਾ ਚਾਹੋ, ਥੱਲੇ ਸਕਰੀਨ ਦੇ ਉੱਪਰ ਸਕਰੋਲ ਤੇ ਨੰਬਰ ਚੱਲਦੇ ਪਏ ਨੇ, ਤੁਸੀਂ ਉਸ ਨੰਬਰ ਤੇ ਕਾਲ ਕਰਕੇ ਸਾਡੇ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹੋ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਤੁਹਾਨੂੰ ਸਿਰਫ ਥੱਲੇ ਜੋ ਸਕਰੀਨ ਤੇ ਨੰਬਰ ਆ ਰਹੇ ਉਸ ਨੰਬਰ ਤੇ ਕਾਲ ਕਰਨਾ, ਤੇ ਤੁਹਾਡਾ ਕੋਈ ਵੀ ਜੇ ਸਵਾਲ ਹੋਏਗਾ ਤੇ ਸਾਡੇ ਨਾਲ ਐਕਸਪਰਟ ਇੱਥੇ ਬੈਠੇ ਨੇ, ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਸਿੱਖ ਸਕੋਲਰ ਨੇ, ਇੱਕ ਵਿਦਵਾਨ ਨੇ, ਇੱਕ ਐਨਾਲਿਸਿਸ ਜੋ ਇੱਕ ਰੱਖਦੇ ਨੇ, ਔਰ ਇੱਕ ਐਨਾਲਿਸਟ ਨੇ ਅੱਛੇ, ਉਹ ਸਾਰੀ ਸਿਚੁਏਸ਼ਨ ਨਾਲ ਅਵੇਅਰ ਕਰਾ ਰਹੇ ਨੇ, ਤੇ ਤੁਸੀਂ ਕੋਈ ਵੀ ਆਪਣੀ ਗੱਲ ਰੱਖ ਸਕਦੇ ਹੋ ਇਸ ਨੰਬਰ ਤੇ ਕਾਲ ਕਰਕੇ। ਲਾਂਬਾ ਸਾਹਿਬ, ਥੋੜ੍ਹਾ ਜਿਹਾ ਆਪਾਂ ਹੋਰ ਜੇ ਜਾਣਨਾ ਚਾਹਾਂਗੇ ਕਿ ਜਿਸ ਤਰੀਕੇ ਜੋ ਅਮਰੀਕਾ ਦਾਅਵਾ ਕਰਦਾ ਸੀਗਾ ਕਿ ਜੋ ਵਰਲਡ ਦਾ ਇੱਕ ਡੇਟਾ ਹੁੰਦਾ ਸੀਗਾ ਕਿ ਸਿੰਗਾਪੁਰ ਨੂੰ ਨੰਬਰ 1 ਤੇ ਮੰਨਿਆ ਜਾਂਦਾ ਸੀਗਾ ਮੈਡੀਕਲ ਫੈਸਿਲਿਟੀ ਵਾਸਤੇ, ਇਟਲੀ ਨੂੰ ਦੂਸਰੇ ਨੰਬਰ 'ਤੇ ਮੰਨਿਆ ਜਾਂਦਾ ਸੀ, ਇਟਲੀ ਫੇਲ ਹੋ ਗਿਆ, ਆਪਣੇ ਉਹ ਲੋਕਾਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਪਾ ਰਿਹਾ, ਅਤੇ ਅਮੈਰੀਕਾ ਵੀ ਜਿਹੜਾ ਹੈਗਾ ਇੱਕ ਬਹੁਤ ਵੱਡੀ ਤਾਕਤ, ਹੋਰ ਇਸ ਨੰਬਰ ਤਾਂ ਮੈਨੂੰ ਨਹੀਂ ਪਤਾ ਕਿੰਨੇ ਨੰਬਰ 'ਤੇ ਆਉਂਦਾ, ਪਰ ਇਹ ਹੈਗਾ ਕਿ ਅਮੈਰੀਕਾ ਦੇ ਵਿੱਚ ਜੋ ਮੈਡੀਕਲ ਫੈਸਿਲਿਟੀਜ਼ ਹੈ ਉਹ ਬਹੁਤ ਜ਼ਿਆਦਾ, ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਵੈਂਟੀਲੇਟਰਸ ਉੱਥੇ ਮੌਜੂਦ ਹੈ, ਉਸਦੇ ਬਾਵਜੂਦ ਵੀ ਉੱਥੇ ਇੰਨੇ ਪੇਸ਼ੈਂਟ ਹੋ ਰਹੇ ਹੈਗੇ ਆ, ਹੋਰ ਫਿਰ ਵੀ ਹੁਣ ਤੱਕ ਦਾ ਜੋ ਡੇਟਾ ਜੋ ਸਾਹਮਣੇ ਆਇਆ ਕਿ ਕਈ ਹਜ਼ਾਰ ਜਿਹੜੀ ਹੈਗੀ ਹੈ ਮੌਤਾਂ ਜਿਹੜੀ ਹੈਗੀਆਂ ਉਹ ਉੱਥੇ ਹੋ ਚੁੱਕੀ ਹੈ। ਜੇ ਆਪਾਂ ਹੁਣ ਤੱਕ ਜੋ 2,362, ਮੈਂ ਸਵੇਰੇ ਚੈੱਕ ਕੀਤਾ ਸੀਗਾ ਕਿ 2,200 ਬੰਦੇ ਹੀ ਮਰੇ ਸੀਗੇ, ਪਰ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਹੈ ਤਕਰੀਬਨ 100-150 ਬੰਦਾ USA ਦੇ ਵਿੱਚ ਹੋਰ ਮਰ ਚੁੱਕਾ। ਤੇ ਤੁਹਾਨੂੰ ਕੀ ਲੱਗਦਾ ਕਿ ਅਮਰੀਕਾ ਇਸ ਨੂੰ ਕੰਟਰੋਲ ਕਰਨ ਦੇ ਵਿੱਚ ਐਡਾ ਵੱਡਾ ਤਾਕਤਵਰ ਮੁਲਕ ਜਿਹੜਾ ਹੈਗਾ ਕਾਮਯਾਬ ਨਹੀਂ ਹੋ ਪਾਇਆ? ਮੈਨੂੰ ਮੈਂ ਚਾਹਾਂਗਾ ਇੱਕ ਸ਼ਾਇਦ ਕੁਝ ਕਾਲ ਆਈ ਹੈ, ਮੈਂ ਆਪਾਂ ਦੇਖ ਲੈਂਦੇ ਆ ਕਿਹਦੀ ਕਾਲ ਆਈ ਹੈ। ਹੈਲੋ ਜੀ, ਹਾਂਜੀ ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ ਜੀ? ਗੁਰਮੀਤ ਕੌਰ ਵਾਲੀਆ, ਓਕੇ, ਗੁਰਮੀਤ ਕੌਰ ਵਾਲੀਆ, ਫਲੋਰੀਡਾ ਮਿਆਮੀ ਚ।
ओके 15 दिन पहले शिकागो तो ट्रेवल करके गया, तो वो पूछना सी मतलब कि एग्जैक्टली किन्ने दिन वो टोटल को ओदे च हैगा है अपना, बिल्कुल कल्ला रह रहा है और ठीक है, कोई ऐसे वो नहीं है ये प्रॉब्लम, तो अपना तो कितने दिन मतलब बाद तक भी रहा है रिस्क पता चलन का। ठीक है, लांबा साहब सवाल आया, गुरमीत कौर दिल्ली तो कॉल कॉल कर रहे हो, पूछ रहे हैं कि वो फ्लोरिडा दे विच उन्हां दा बेटा हैगा, तुहानू सवाल शायद तो सुन लिया होगा, आपां ओह वी गल करांगे। एक होर कॉल आ रही है सानू, आपां ओह वी एक कॉल लंदे हैगे। हैलो जी। जी हाँ जी सर, मैं अमनजीत सिंह बोल रहा हूँ जी, लुधियाने से। हाँ अच्छा लुधियाने तो, अमरजीत सिंह। जी ओके जी, हाँ जी की कहना चाहोगे जी, की सवाल है जी सर, तुहाडा? मेरा सवाल ये है भी इन्होंने गरीब लोगों लिए तो कुछ भी नहीं किया इंडिया गवर्नमेंट ने, खाली टीवी चैनलों से दसी जाते हैं, मगर किया इन्होंने कुछ भी नहीं है। तुम बिलीव करोगे कि साढ़े इलाके के अजे तक स्प्रे तक नहीं हुई हैगी। ओके हाँ हाँ जी जी हाँ जी, लांबा साहब वही वाली गल है जी तुसी कह रहे सी। जी जी बिल्कुल बिल्कुल ठीक है। और तुसी कोई और कोई गल अपनी रखना चाहोगे भी जी? वीर जी मैं यही गल रखना चाहना भी साड़ी गल किसी तरह सरकार तक पहुंचाई जाए, इन्हों के कान के जो नहीं सरक रही। एमएलए नु फोन कर चुका मैं, संजय तलवाड़ नु, अपने महल के काउंसलरों नु कह चुका, कोई सुनवाई नहीं है जी। ओके 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 ओके, तुसी और लुधियाने इन्हों कहड़े इलाके कई तो गल चिंता कर नु है। हाँ जी लुधियाने दे कहड़े इलाके तो गल कर रहे हो तुसी? सर मैं कर रहा समराला चौक के नाल टिब्बा रोड करमसर कलोनी गली नंबर 4 चो जी। चल ठीक है जी, ठीक है ठीक है जी, जरूर इस बारे में असं जरूर लांबा साहब के अगे तुम सवाल रखे, आप इस बारे जरूर डिस्कशन करते हैं। लांबा साहब दो सवाल आए ने, दो जो कि साडे व्यूअर्स ने सानू कॉल किया है और उन्होंने सानू दसिया, एक आप वारी वारी करके चलते हैं। पहले तो फ्लोरिडा की सिचुएशन, एक गुरमीत कौर जो कि दिल्ली तो सीगे उन्होंने फ्लोरिडा की सिचुएशन साढ़े तो पूछी हैगी है। उन्होंने कहा कि फ्लोरिडा दे विच उन्हां दा बेटा गया सीगा, कहने किस तरीके की सिचुएशन है, तुसीं फ्लोरिडा की कोई जानकारी है तुहानू? हाँ जी, फ्लोरिडा गुरमीत कौर जी, सब तो पहली गल तुहाडी असीं चिंता दे विच शामिल हाँ, बिल्कुल महसूस करते हैं, फ्लोरिडा की हालत बहुत खराब है। एक होर कॉल भी लेते हैं फिर, क्योंकि लगातार जो कॉल आ रहे हैं। हाँ जी वीर जी, आप जी का नाम जी? हेलो, यूएस तो ही शायद कोई कॉल आ रही है। हेलो तनु आवाज आ रही है जी? हेलो शायद आवाज नहीं आ रही है, शायद कनेक्टिविटी प्रॉब्लम आई है। हाँ जी लांबा साहब, फ्लोरिडा की गल चल रही थी। हाँ जी फ्लोरिडा देखो पहली गल तो हैगी है, अगर वो उत्थे गए हैगे है, पहुंच गए हैगे है और ठीक हैगे है, अमूमन जाता है कि 14 दिन लिए वो एकांत वास जिहड़ा क्वारंटाइन करेंगे अपने आप, वो इकला रहेंगे। पर एक गल नूं तुसीं समझण की कोशिश करो कि 14 दिन रह लिया, इहदा मतलब होएगा कि अगर उन्होंने कोई अलामत नहीं है, अगर कोई गल पाई तो मतलब ठीक हैगे है, पर जे हैगे है ते अगर वो बाहर निकलणगे वो फिर किधरे उन्होंने पकड़ सकते हैं। ठीक है ठीक है, कोई लंबा वो सा 14 दिन थोड़ा का रहना, 14 दिन का रहना वो कोई इलाज नहीं सी ना, वो तो ये पता करना है कि इन्हों ऑलरेडी नहीं हैगी, ये तो इदा समझो कि किधरे बारिश हो रही है और बंदा घर पहुंच जाता है और उसके बाद वो सुक जाता है, कपड़े सुखा लेंदा है, सब कुछ हो जाता है, फिर जे 2 मिनट लिए बाहर जाए बारिश हो रही उन्हें फिर भेजना है। सो ये जी बीमारी है ये वातावरण विच हैगी है, ये मुल्क विच हैगी है, देश बल्कि दुनिया च हैगी है। सो इहदा इलाज ते इक्को इलाज नहीं है, परहेज है कि वो अपने आप नू जिन्ना क बचा सकता है बचा लवे। कारण यह है कि जिहड़ा इहदा इलाज है, जिहड़ी दी वैक्सीन है, जिहड़ी दवाई है, वो इत्थों दे फौजी जिहड़े डायरेक्टर हैगे है उन्होंने घट्टो घट उसके बढ़न विच 1 साल तो 1.5 साल लगेगा। सो ये लंबी लड़ाई है, लंबी लड़ाई है, तुसी अपने आप नू पूरी तरह बचा लो, परहेज कर लो ते बच सकदा है, ते यह इलाज है कि अपने आप नू जिन्ना बचा लोगे किसी दे संपर्क विच ना आओ। और बार फ्लोरिडा का फिर भी मैं डाटा देकर गल खत्म करना चाहूंगा, 42
146 केस जिहड़े हैगे आ, यानी 4246 केस जिहड़े हैगे आ फ्लोरिडा दे ने, जिहदे विच मौतां दी गिनती 56 हैगी आ, पर जो है ए जो फिलहाल जो है और एक्टिव केस जिहड़े हैगे तकरीबन 4190 ने। साडे कोल इक होर कॉल आई है, वीर जी तुहानूं आवाज आ रही है जी? ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਆਪ ਜੀ ਦਾ ਜੀ? ਮੇਰਾ ਨਾਮ ਰਵਿੰਦਰ ਹੈ ਜੀ, ਰਵਿੰਦਰ ਸਿੰਘ ਹਨੀ, ਮੈਂ ਨਿਊਯਾਰਕ ਤੋਂ ਬੋਲ ਰਿਹਾ ਹਾਂ। ਅੱਛਾ, ਨਿਊਯਾਰਕ ਤੋਂ ਗੱਲ ਕਰ ਰਹੇ ਨੇ, ਠੀਕ ਹੈ ਜੀ, ਬਿਲਕੁਲ ਨਿਊਯਾਰਕ ਤੋਂ ਸਾਡੇ ਕੋਲ ਕਾਲ ਆਈ ਹੈ। ਹਾਂਜੀ ਰਵਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ ਜੀ? ਵੀ ਜੀ, ਜਿਹੜੀ ਇਹ ਪੋਜੀਸ਼ਨ ਬਣੀ ਹੋਈ ਹੈ ਔਰ ਇਹਨੇ ਜਿਹਦੇ ਸਭ ਤੋਂ ਜ਼ਿਆਦਾ ਪੋਜੀਸ਼ਨ ਖਰਾਬ ਨਿਊਯਾਰਕ ਦੀ ਹੈਗੀ ਹੈ ਇਸ ਟਾਈਮ। ਹਾਂਜੀ, 50% ਤੋਂ ਉੱਪਰ ਕੇਸਿਸ ਜਿਹੜੇ ਨੇ ਨਿਊਯਾਰਕ ਦੇ ਨੇ, ਔਰ ਕੱਲ ਮੈਂ ਦੀ ਸੁਣ ਰਿਹਾ ਸੀਗਾ, ਟਰੰਪ ਦੀ ਕਾਨਫਰੰਸ ਵੀ ਸੁਣ ਰਿਹਾ ਸੀਗਾ, ਉਹ ਕਹਿ ਰਿਹਾ ਸੀਗਾ 8 ਤਰੀਕ ਤੋਂ ਬਾਅਦ ਅਸੀਂ ਲਾਕਡਾਊਨ ਨਹੀਂ ਕਰ ਸਕਦਾ, ਮੈਂ ਇਹ ਹੈ ਵੋ ਹੈ, ਤੇ ਕੀ ਸਿਚੁਏਸ਼ਨ ਬਣੇਗੀ ਅੱਗੇ ਜਾ ਕੇ ਤੋਂ ਸਮਝ ਹੀ ਨਹੀਂ ਆ ਰਿਹਾ, ਕੁਛ ਕੋਈ ਚੀਜ਼ ਸਾਹਮਣੇ ਨਜ਼ਰ ਨਹੀਂ ਆ ਰਹੀ ਕਿ ਅਸੀਂ ਕੁਛ ਕੀ ਕਰ ਸਕਦੇ ਹਾਂ। ਇੱਕ 22 ਸਾਲ ਦਾ ਮੁੰਡਾ ਵੀ ਮੈਂ ਸੁਣਿਆ ਵੀ ਗੁਜਰ ਗਿਆ, ਜਿਹੜਾ ਟੈਕਸੀ ਚਲਾਉਂਦਾ ਸੀਗਾ, ਪ੍ਰਿੰਸ ਕਰਕੇ ਉਹਦਾ ਨਾਮ ਸੀਗਾ ਆਈ ਥਿੰਕ ਸੋ, ਮਤਲਬ ਕਿ ਇਹ ਸਾਰੀਆਂ ਪੋਜੀਸ਼ਨ ਕਿਸ ਤਰ੍ਹਾਂ ਕਲੀਅਰ ਹੋਣਗੀਆਂ? ਟਰੰਪ ਲਾਕਡਾਊਨ ਕਰਨ ਨੂੰ ਤਿਆਰ ਨਹੀਂ ਹੋ ਰਿਹਾ, ਉੱਥੋਂ ਕਹਿੰਦਾ ਅਸੀਂ ਇਹ ਨਹੀਂ ਕਰ ਸਕਦੇ, ਵੈਕਸੀਨੇਸ਼ਨ ਨਿਕਲ ਨਹੀਂ ਰਹੀ, ਰੋਜ਼ 20-25 ਹਜ਼ਾਰ ਬੰਦੇ ਵੱਧ ਰਹੇ ਨੇ ਔਰ ਡੈਥ ਕੇਸ ਵੱਧ ਰਹੇ ਨੇ, ਕਿਸ ਤਰ੍ਹਾਂ ਮਤਲਬ ਕਿ ਸਾਰੀਆਂ ਚੀਜ਼ਾਂ ਕਾਬੂ ਆਉਣੀਆਂ, ਕੋਈ ਸਮਝ ਨਹੀਂ ਆ ਰਿਹਾ। ਠੀਕ ਹੈ ਰਵਿੰਦਰ ਸਿੰਘ ਜੀ, ਪਹਿਲਾਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ, ਤੁਸੀਂ ਠੀਕ ਹੋ? ਮੈਂ ਠੀਕ ਹਾਂ ਜੀ, ਮੈਂ ਐਕਚੁਅਲੀ ਮੈਂ ਬਿਲਕੁਲ ਠੀਕ ਹਾਂ ਜੀ, ਮੈਂ ਐਕਚੁਅਲੀ ਫਿਲਹਾਲ ਮੈਂ ਕੰਮ ਤੇ ਜਾ ਰਹੇ ਹੋ ਤੁਸੀਂ? ਨਹੀਂ ਮੈਂ ਘਰ ਚ ਹੀ ਹਾਂ ਜੀ, ਮੈਂ ਐਕਚੁਅਲੀ ਹਾਸਪਿਟਲ ਐਡਮਿਟ ਹੈਗਾ ਵਾ, ਮੇਰੀ ਐਕਸੀਡੈਂਟ ਹੋ ਗਿਆ ਸੀਗਾ, ਆਈ ਐਮ ਸਫਰਿੰਗ ਫਰਮ ਐਕਸੀਡੈਂਟ, ਮੈਟਰੋ ਐਕਸੀਡੈਂਟ। ਓਕੇ ਓਕੇ, ਠੀਕ ਹੈ ਠੀਕ ਹੈ, ਤੇ ਮੈਂ ਠੀਕ ਹੈ, ਸਿਹਤ ਤਾਂ ਠੀਕ ਹੈ ਤੁਹਾਡੀ? ਵਾ ਮੇਰੀ ਸਿਹਤ ਠੀਕ ਹੈ ਜੀ, ਸ਼ੁਕਰ ਹੈ ਵਾਹਿਗੁਰੂ ਦਾ। ਚਲੋ, ਮੈਂ ਖੁਦ ਹੀ ਹਾਸਪਿਟਲ ਚ ਹੈਗਾ ਵਾ, ਆਪਣਾ ਨੱਕ ਪੌਂਟੀ ਕਰਕੇ ਹੈਗਾ ਵਾ ਨਿਊਯਾਰਕ ਦੇ ਵਿੱਚ, ਸੈਂਸਟ ਪਾਈਪ ਦੇ ਵਿੱਚ, ਤੇ ਮੈਂ ਹੁਣ ਉੱਥੇ ਰੀਹੈਬ ਸੈਂਟਰ ਦੇ ਵਿੱਚ ਹੈਗਾ ਵਾ, ਤੇ ਨਿਊਯਾਰਕ ਦੇ ਵਿੱਚ ਇੰਨੀ ਸਕੇਰੀ ਪੋਜੀਸ਼ਨ ਬਣੀ ਹੋਈ ਹੈ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਠੀਕ ਕਰ ਸਕਦੇ ਹਾਂ। ਠੀਕ ਹੈ ਠੀਕ ਹੈ ਜੀ, ਠੀਕ ਹੈ ਰਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਵਾਲ ਬਾਰੇ, ਹੁਣ ਅਸੀਂ ਡਾਕਟਰ ਸਾਹਿਬ ਨਾਲ ਡਿਸਕਸ ਕਰਾਂਗੇ। ਠੀਕ ਹੈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਸੀ, ਥੈਂਕ ਯੂ ਜੀ। ਹਾਂ ਜੀ, ਲਾਂਬਾ ਸਾਹਿਬ, ਕਾਲ ਨਿਊਯਾਰਕ ਤੋਂ ਵੀ ਆਈ ਹੈਗੀ ਹੈ, 2-3 ਸਵਾਲ ਹੋ ਗਏ, ਫਲੋਰੀਡਾ ਦੀ ਗੱਲ ਸ਼ਾਇਦ ਅਸੀਂ ਕੰਪਲੀਟ ਕਰ ਚੁੱਕੇ ਹਾਂ, ਜੇ ਕੋਈ ਤੁਹਾਡੇ ਵੱਲੋਂ ਫਲੋਰੀਡਾ ਦੀ ਤੁਸੀਂ ਜੋ ਗੁਰਮੀਤ ਕੌਰ ਜੀ ਨੂੰ ਕੋਈ ਆਪਣੇ ਵੱਲੋਂ ਕੋਈ ਜਵਾਬ ਦੇਣਾ ਚਾਹੁੰਦੇ ਹੋ ਤੁਸੀਂ ਦੇ ਸਕਦੇ ਹੋ, ਫਿਰ ਆਪਾਂ ਅੱਗੇ ਸ਼ੁਰੂਆਤ ਕਰਦੇ ਹਾਂ। ਨਹੀਂ, ਮੈਂ ਇਹੀ ਬੇਨਤੀ ਦੁਬਾਰਾ ਫਿਰ ਕਰਨਾ ਚਾਹੁੰਦਾ, ਉਹਨਾਂ ਨੂੰ ਤੁਸੀਂ ਇਹ ਰਿਕੁਐਸਟ ਕਰੋ ਜਾਂ ਹਿਦਾਇਤ ਦਿਓ, ਜੋ ਵੀ ਤੁਸੀਂ ਕਰ ਸਕਦੇ ਹੋ, ਕਿ ਆਪਣੇ ਆਪ ਨੂੰ ਜਿੰਨੀ ਦੇਰ ਅੱਗੇ ਨਹੀਂ ਕਰਦੀ, ਜਿੰਨੀ ਦੇਰ ਤੱਕ ਹੈਲਥ ਡਿਪਾਰਟਮੈਂਟ ਕਲੀਅਰ ਨਹੀਂ ਕਰਦਾ, ਉਹ ਬਾਹਰ ਨਿਕਲਣ ਤੋਂ ਗੁਰੇਜ਼ ਕਰਨ, ਕਿਸੇ ਨਾਲ ਮੇਲ ਮਿਲਾਪ ਕਰਨ ਤੋਂ ਗੁਰੇਜ਼ ਕਰਨ, ਔਰ ਘਰ ਦੇ ਅੰਦਰ ਹੀ ਆਪਣੇ ਆਪ ਨੂੰ ਕਰ ਸਕਣ। ਔਖਾ ਬਹੁਤ ਹੈ, ਔਖਾ ਹੈ ਕਿ ਆਪਣੇ ਆਪ ਦੇ ਸਾਰੇ ਉਹ ਸਾਧਨ ਇਕੱਠੇ ਕਰਨੇ, ਪਰ ਇਹ ਜਿਹੜੀ ਇਹ ਮੁਸੀਬਤ ਹੈ, ਇਹਨੂੰ ਇੱਦਾਂ ਹੀ ਸਮਝ ਲਓ ਕਿ ਬਾਹਰ ਅੱਗ ਲੱਗੀ ਹੈ ਤੇ ਅਸੀਂ ਬਾਹਰ ਜਾਣਾ ਹੈ ਕਿ ਨਹੀਂ ਜਾਣਾ, ਇਹ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਠੀਕ ਹੈ ਜੀ, ਮੈਨੂੰ ਲੱਗਦਾ ਸ਼ਾਇਦ ਗੁਰਮੀਤ ਕੌਰ ਜੀ ਦਿੱਲੀ ਤੋਂ ਸੀਗੇ, ਫਲੋਰੀਡਾ ਬਾਰੇ ਗੱਲ ਕਰ ਰਹੇ ਸੀ, ਸ਼ਾਇਦ ਉਹਨਾਂ ਨੂੰ ਗੱਲ ਦਾ ਜਵਾਬ ਮਿਲ ਗਿਆ ਹੋਵੇਗਾ। ਇੱਕ ਹੋਰ ਸਾਡੇ ਕੋਲ ਕਾਲ ਆਈ ਹੈ, ਆਪਾਂ ਉਹਨਾਂ ਨਾਲ ਜੁੜਦੇ ਹਾਂ ਜੀ। ਹਾਂਜੀ ਵੀਰ ਜੀ, ਆਪ ਜੀ ਦਾ ਨਾਮ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰਦੀਪ ਸਿੰਘ ਬੋਲਦਾ ਜੀ। ਇੰਦਰਜੀਤ ਸਿੰਘ? ਹਾਂਜੀ ਹਾਂਜੀ। ਹਾਂ, ਕਿੱਥੋਂ ਬੋਲ ਰਹੇ ਹੋ ਜੀ? ਸਰ ਮੈਂ ਪਟਿਆਲਾ ਤੋਂ ਬੋਲਦਾ ਜੀ। ਅੱਛਾ, ਪਟਿਆਲੇ ਤੋਂ। ਹਾਂਜੀ, ਕੀ ਸਵਾਲ ਹੈ ਜੀ ਆਪ ਜੀ ਦਾ? ਮੇਰਾ ਬੇਟਾ ਕੈਲੀਫੋਰਨੀਆ ਦੇ ਵਿੱਚ ਹੈ ਜੀ, ਤੇ ਮੈਂ ਉਸ ਕੈਲੀਫੋਰਨੀਆ ਦਾ ਸਟੇਟਸ ਜਾਣਨਾ ਚਾਹੁੰਦਾ ਸੀ, ਜਿਸ ਟਾਈਮ ਕੈਲੀਫੋਰਨੀਆ ਦੀ ਕੀ ਕੰਡੀਸ਼ਨ ਹੈ ਜੀ। ਠੀਕ ਹੈ, ਕੈਲੀਫੋਰਨੀਆ ਦਾ। ਅੱਛਾ, ਕੈਲੀਫੋਰਨੀਆ ਦੇ ਵਿੱਚ ਆਪ ਜੀ ਦਾ ਬੇਟਾ ਹੈ, ਆਪ ਜੀ ਬੇਟੇ ਨਾਲ ਗੱਲ ਹੁੰਦੀ ਹੈ ਆਪ ਜੀ ਦੀ? ਗੱਲ ਹੁੰਦੀ ਹੈ ਜੀ, ਠੀਕ ਹੈ, ਬਟ ਸਾਨੂੰ ਰੋਡ ਵੀ ਉਹ ਕਲੀਅਰ ਦੱਸਦਾ ਨਹੀਂ ਹੈਗਾ, ਜਾਂ ਸਾਨੂੰ ਥੋੜਾ ਜਿਵੇਂ ਡਰ ਹੁੰਦਾ, ਸਾਨੂੰ ਡਰ ਦਾ ਮਾਹੌਲ ਹੈਗਾ ਜੀ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਇੰਦਰਜੀਤ ਸਿੰਘ ਜੀ, ਲਾਂਬਾ ਸਾਹਿਬ ਸਾਡੇ ਨਾਲ ਨਿਊਜਰਸੀ ਤੋਂ ਮੌਜੂਦ ਨੇ, ਹੋਰ ਕੈਲੀਫੋਰਨੀਆ ਤੋਂ ਹੀ ਤੁਹਾਨੂੰ ਮੈਂ ਦੱਸਣਾ ਚਾਹਾਂਗਾ, ਤੁਸੀਂ ਸਾਡਾ ਲਾਂਬਾ ਸਾਹਿਬ ਤੋਂ ਬਾਅਦ ਜੋ ਸਾਡੇ ਕੈਲੀਫੋਰਨੀਆ ਦੇ ਰਿਪੋਰਟਰ ਜੋ ਨੇ ਅਕਾਲ ਚੈਨਲ ਦੇ, ਸਿਮਰਜੀਤ ਸਿੰਘ ਜੀ, ਉਹ ਵੀ ਸਾਡੇ ਨਾਲ ਹੁਣ ਥੋੜ੍ਹੀ ਦੇਰ ਤੱਕ ਨੈਕਸਟ ਐਜ਼ ਏ ਗੈਸਟ ਦੇ ਤੌਰ 'ਤੇ ਜੁਆਇਨ ਕਰਨਗੇ। ਅਸੀਂ ਐਗਜੈਕਟ ਕੈਲੀਫੋਰਨੀਆ ਦੀ ਕੀ ਸਿਚੁਏਸ਼ਨ ਹੈ ਤੁਹਾਨੂੰ ਤੁਸੀਂ ਨੈਕਸਟ ਸ਼ੋਅ ਜ਼ਰੂਰ ਦੇਖਿਓ, ਉਹਦੇ ਵਿੱਚ ਤੁਹਾਨੂੰ ਅਸੀਂ ਅਵੇਅਰ ਕਰਾਵਾਂਗੇ। ਫਿਰ ਵੀ ਲਾਂਬਾ ਸਾਹਿਬ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਵੀ ਕੈਲੀਫੋਰਨੀਆ ਦੀ ਸਿਚੁਏਸ਼ਨ ਡਿਸਕਸ ਕਰਦੇ ਹਾਂ। ਠੀਕ ਹੈ ਜੀ, ਥੈਂਕ ਯੂ ਜੀ ਆਪ ਜੀ ਦਾ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਲਾਂਬਾ ਸਾਹਿਬ, ਕੁਛ ਹੋਰ ਸਵਾਲ ਹੈ, ਆਪਾਂ ਸਿਲਸਿਲੇਵਾਰ ਲੈਂਦੇ ਹਾਂ, ਫਲੋਰੀਡਾ ਬਾਰੇ ਹੋ ਗਈ ਹੈ, ਲੁਧਿਆਣੇ ਬਾਰੇ ਵੀ ਉਸ ਵੀਰ ਦੀ ਕਾਲ ਆਈ ਸੀਗੀ, ਲੁਧਿਆਣੇ ਬਾਰੇ ਵੀ ਅਸੀਂ ਗੱਲ ਕਰਾਂਗੇ ਕਿ ਉਹ ਕਹਿ ਰਿਹਾ ਕਿ ਹਜੇ ਤੱਕ ਸਾਡੇ ਇੱਥੇ ਸਪਰੇਅ ਵਗੈਰਾ ਸਿਸਟਮ ਸ਼ੁਰੂ ਨਹੀਂ ਹੋਈ ਹੈ।
वैसे आप जो देखा जाए तो दिल्ली के देखिए कि कई थावां ते स्प्रे हो रही है या सरकार वालों भी होर कई थावां ते हो रही है। मैं तुहानू अपनी गल दसा परसों ही मेरे घर के बार भी जो है सरकार वालों डोरस नू स्प्रे और सैनिटाइज करन वास्ते आए थे किते किते हो रही है किते किते नहीं आ रहे। उन्होंने हुण लुधियाने दा मेरा एड्रैस पुछण दी मंशा आई सी ताकि जे लोग या सरकारां वालों जे नू जे देख रहे हैं तो वह पता लग जाए कि किथे वो जो सर्विसिज नहीं पहुंची हैं। तुहानू की लगता है कि यानी कि बहुत लॉकडाउन तुसी सही कह रहे थे कि लॉकडाउन तो हो गया पर लॉकडाउन तो बाद की हो रहा जी जी। सो जिथे तक तो फ्लोरिडा दा तुसी दस्या कि वही है कि परहेज करन और अंदर रहन जिन्नी देर रह सकते हैं। हाँ और कैलिफोर्निया जिहड़ा न्यूयॉर्क है जी ये पूर्वी तट है ते कैलिफोर्निया पछमी तट है अमरीका का ते उत्थे दी हालत भी दिन ब दिन जिहड़ी है ओ 5600 तो उत्ते केसेस उत्थे आ चुके हैगे आ और 120 तो ज्यादा जानी नुकसान भी होया हैगा कैलिफोर्निया दे विच। ते दरअसल इहदा एक एक पैटर्न जिहड़ा नजर आया जिन्हां जिन्हां थावां दे उत्ते आवाजाई ज्यादा सी या जिन्हां दे विच टूरिस्ट ज्यादा सन ओ जगह ज्यादा प्रभावित हुई है। न्यूयॉर्क दे विच होण दा कारण ए सीगा कि इत्थे दुनिया दा नंबर एक टूरिस्ट स्पॉट हैगा है या इत्थे जिहड़े हैगे लोकी काफी आंदे सीगे एज ए टूरिस्ट जिहड़े है। इटली दे विच भी बहुत ज्यादा जांदे सी ए भी कारण होया। इटली दे विच जानी नुकसान होण वध होण दा कारण एक होर होया कि उत्थे वड्डी गिणती दे विच बजुर्ग सीगे जिहड़े कि 80 साल तो वध है जिन्हां दी मौत होई है। सो एक ए भी कारण है खास करके जिन उम्र बार बार दसिया जा रहा है कि 60 साल तो उत्ते उम्र है और जिन्होंने कोई कंडीशंस उन्होंने इदा दी है या हार्ट ट्रबल है या ब्लड प्रेशर है या कोई होर बीमारियां दे नाल ग्रस्त है गए है उन्होंने उचेचा ध्यान देने की लोड़ है क्योंकि वो उन्होंने लड़न की शक्ति खत्म हो जाती है इम्यूनिटी सिस्टम कमजोर हो जाता है सो वह ज्यादा प्रभावित होंगे है। पर ये डाटा असी देख रहे हैं कुछ स्टेटा का जिद कुछ आ रही है उत्ते थले आंदा है पर जेड़ी रिपोर्ट आ रही है कि अमरीका दे इसे सारे शहर जेड़े है वो इस तो इदी चपेट च आणगे कोई शहर इस तो बच नहीं सकेगा कि जिस तरह का यह स्टैटिस्टिक्स ये बीमारी ने यह छतरी है जिवें फैल रही हैगी है और वह जिवें मैं तुहानू शुरू च अर्ज की सी कि वो जिहड़ा इहदा पाथ है जिहड़ा उत्ते जाण दा रस्ता है पहुंच के सिरे ते पहुंच के सिखर ते पहुंच के जदों पैरेलल आएगा उहदे बाद इह थल्ले वल आएगा अजे इस उपर जाणा है और एपिक्स पोजिशन आंदियां इहनूं काफी ज्यादा टाइम लगेगा। और दूजी गल इह है कि जिहड़ी लुधियाणे दी दस रहे है कि उत्थे स्प्रे नहीं कर रहे तां स्प्रे जरूर है स्प्रे गलियां दे विच होएगा सड़कां ते होएगा पर तुसी अपने घर दे अंदर भी जेड़ा है अपने आप दा निजी बचाव रखो कि अगर जे कर सको ते अपने जिन्ने परिवारक मेंबर है उन्हां दे बर्तन भी वखरे कर लो किसी चीज नूं हाथ लांदे हो ज्यादा ये कहा जा रहा है कि जेड़े इंद्रियां मूंह अख नक कन अखां इन्हां दे राहीं ये वायरस छेती पकड़ करदा है जीभ हो गई कुछ हो गया सो जदों भी मूह दे उत्ते सिर दे उत्ते उस पासे वल तुहाडा हाथ जाणा है उहनूं चंगी तरह साबण नाल हाथ धोवो और साबण नाल हाथ धो के जरूर उसनूं कोई ना कोई वैसलीन वगैरह लगाओ क्योंकि हाथ जिहड़े आ बार बार धो के तुहाडे हाथ भी फटने शुरू हो जाणगे और वह ब्याईयां जिहियां पैणियां शुरू हो जांदियां हैगियां। सो अपना बचा जिहड़ा है तुसीं उह करो जिन्ना कु बचा कर सकदे हो और किसी नूं भी अगर मिले हो ਤਾਂ ਫਿਰ ਉਹ ਇੱਕ ਗੱਲ ਉਹ ਜਿਵੇਂ ਬਾਰ ਬਾਰ ਹੁਣ ਕਹੀ ਜਾ ਰਹੀ ਹੈ ਕਿ ਉਹ ਤੁਸੀਂ ਦੂਰੋਂ ਮਿਲੋ ਮਤਲਬ ਜਿਵੇਂ ਕਿਸੇ ਨੂੰ ਹੁਣ ਉਹ ਨਾ ਤਾਂ ਜੱਫੀ ਪਾਉਣ ਦਾ ਕੋਈ ਸਮਾਂ ਹੈ ਬਿਲਕੁਲ ਤੇ ਨਾ ਹੀ ਕਿਸੇ ਨਾਲ ਮਤਲਬ ਜਿਹੜਾ ਉਹ ਇੱਕ ਮੈਨੂੰ ਬਸ਼ੀਰ ਬਦਰ ਦਾ ਇੱਕ ਸ਼ੇਅਰ ਯਾਦ ਆਉਂਦਾ ਉਹਨੇ ਬੜਾ ਸੋਹਣਾ ਕਿਹਾ ਸੀ ਕਹਿੰਦਾ ਯੂੰ ਹੀ ਬੇਸਬਬ ਨਾ ਫੇਰਾ ਕਰੋ ਕੋਈ ਸ਼ਾਮ ਘਰ ਮੇ ਵੀ ਰਹਾ ਕਰੋ ਉਹ ਗਜ਼ਲ ਕੀ ਸੱਚੀ ਕਿਤਾਬ ਹੈ ਉਸੇ ਚੁਪਕੇ ਚੁਪਕੇ ਪੜ੍ਹਾ ਕਰੋ कोई हाथ भी ना मिलाएगा जो गले से मिलोगे तपाक से वे नए मिजाज का शहर है जरा फासले से मिला करो तो जिन्हों मिलना है थोड़ी दूरों रह के मिलिया करो बहुत नेड़े भी जेड़ी है वो जिन्हों क्या जा रहा है सोशल डिस्टेंसिंग जेड़ा हाँ, हाँ, तो हाँ, 8 फुट दी दूरी जेड़ी अच्छा। है वो उस तो हाँ जी 8 फुट दी दूरी दे उत्ते करो
ਤੇ ਹੁਣ ਤੇ ਇਹ ਕਹਿ ਰਹੇ ਕਹਿੰਦੇ ਤੁਸੀਂ ਕਿਸੇ ਨਾਲ ਗੱਲ ਕਰਨੀ ਟੈਲੀਫੋਨ ਤੇ ਕਰ ਲਓ ਜਿਵੇਂ ਤੁਸੀਂ ਮੇਰੇ ਨਾਲ ਕਰ ਰਹੇ। ਬਿਲਕੁਲ ਸਾਡਾ ਵੀ ਟ੍ਰੈਂਡ ਇਸੇ ਕਰਕੇ ਬਦਲ ਗਿਆ ਕਿ ਕਿਉਂਕਿ ਅਸੀਂ ਵੀ ਅੱਛਾ ਸਟੇ ਫਰੋਮ ਹੋਮ ਵਾਸਤੇ ਵੀ ਅਪੀਲ ਕੀਤੀ ਜਾ ਰਹੀ ਹੈ। ਮੈਂ ਆਪ ਸੰਗਤਾਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਵੀ ਘਰੋਂ ਹੀ ਜਿਹੜਾ ਹੈਗਾ ਕੰਮ ਕਰਦੇ ਪਏ ਹੈਗੇ ਹਾਂ। ਈਵਨ ਮੀਡੀਆ ਰਿਪੋਰਟਰਸ ਵੀ, ਅਕਾਲ ਚੈਨਲ ਵੀ, ਅਸੀਂ ਵੀ ਆਪਣੇ ਘਰ 'ਚ ਬੈਠ ਕੇ ਹੀ ਜੋ ਇਸੇ ਕਰਕੇ ਅਸੀਂ ਜੋ ਇੰਟਰਨੈਟ ਔਰ ਮਾਡਰਨ ਟੈਕਨੋਲੋਜੀ ਨੂੰ ਯੂਜ਼ ਕਰਕੇ ਵੀ ਅਸੀਂ ਜਿਹੜਾ ਹੈਗਾ ਵਰਕ ਫਰੋਮ ਹੋਮ ਕਰ ਸਕਦੇ ਹਾਂ। ਲੋਕਾਂ ਨੂੰ ਵੀ ਇਹੀ ਅਪੀਲ ਹੈ ਕਿ ਆਪਣੇ ਘਰੋਂ ਤੁਸੀਂ ਕਾਲ ਕਰੋ। ਅੱਛਾ ਹੋਰ ਲਾਂਬਾ ਸਾਹਿਬ ਕੁਛ ਹੋਰ ਵੀ ਸਵਾਲ ਸੀਗੇ ਮੇਰੇ। ਅਰਵਿੰਦਰ ਸਿੰਘ ਜੀ ਦੀ ਕਾਲ ਆਈ ਸੀ, ਕੈਲੀਫੋਰਨੀਆ ਵਾਲਿਆਂ ਨੂੰ ਸ਼ਾਇਦ ਸਾਡੇ ਵੀਰਾਂ ਨੂੰ ਜਵਾਬ ਮਿਲ ਗਿਆ ਹੋਏਗਾ। ਉਹ ਵਰਿਡ ਨੇ, ਆਪਾਂ ਦੇਖਿਆ ਕਿ ਇੱਕ ਨਾ ਫਲੋਰੀਡਾ ਤੋਂ ਵੀ ਸੇਮ ਉਸੇ ਤਰੀਕੇ ਦਾ ਕੁਐਸਚਨ ਸੀਗਾ ਔਰ ਕੈਲੀਫੋਰਨੀਆ ਤੋਂ ਵੀ ਉਸੇ ਤਰੀਕੇ ਦਾ ਕੁਐਸਚਨ ਸੀਗਾ। ਸ਼ਾਇਦ ਉਹ ਮਾਂ ਪਿਓ ਨੂੰ ਫਿਕਰ ਸੀਗਾ ਕਿ ਸ਼ਾਇਦ ਬੱਚੇ ਸਾਨੂੰ ਸਹੀ ਗੱਲ ਦੱਸ ਨਹੀਂ ਰਹੇ ਕਿ ਕਿਤੇ ਮਾਂ ਪਿਓ ਫਿਕਰ 'ਚ ਨਾ ਪੈ ਜਾਣ। ਸੋ ਇਸੇ ਕਰਕੇ ਹੈ ਕਿ ਉਹ ਤੁਹਾਡੇ ਸੋਰਸ ਦੇ ਰਾਹੀਂ ਉੱਧਰ ਦੇ ਹਾਲਾਤ ਜਾਣਨਾ ਚਾਹ ਰਹੇ ਸੀਗੇ। ਸੋ ਬਹੁਤ ਅੱਛੀ ਗੱਲ ਹੈ, ਲੋਕਾਂ ਨੂੰ ਉਹਨਾਂ ਦੀ ਗੱਲ ਦਾ ਸਵਾਲ ਦਾ ਜਵਾਬ ਵੀ ਮਿਲਿਆ ਹੋਏਗਾ। ਦੋ ਇੱਕ ਹੋਰ ਸਾਨੂੰ ਫੇਸਬੁੱਕ ਤੇ ਕਮੈਂਟਸ ਰਾਹੀਂ ਸਵਾਲ ਆਏ ਨੇ। ਇਸ਼ਾਂਤ ਮੋਂਗਾ ਜੋ ਹੈਗੇ ਨੇ USA ਤੋਂ ਹੀ ਨੇ, ਉਹਨਾਂ ਨੇ ਕਿਹਾ ਉਹ ਵੀ ਇਹੀ ਕਮੈਂਟ ਕਰ ਰਹੇ। ਹੋਰ ਜੋ ਅਰਵਿੰਦਰ ਸਿੰਘ ਜਿਨ੍ਹਾਂ ਦੀ ਨਿਊਯਾਰਕ ਤੋਂ ਕਾਲ ਆਈ ਸੀਗੀ, ਉਹਨਾਂ ਨੇ ਵੀ ਇਹੀ ਗੱਲ ਕਹੀ ਸੀ। ਤਕਰੀਬਨ ਇਹਨਾਂ ਦੋਨਾਂ ਦੇ ਸਵਾਲ ਤਕਰੀਬਨ ਸੇਮ ਹੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਕਦੋਂ ਤੱਕ ਚੱਲੇਗਾ ਔਰ ਆਸਕ ਅਬਾਊਟ ਗੌਰਮੈਂਟ ਰਿਲੀਫ, ਕਿ ਗੌਰਮੈਂਟ ਰਿਲੀਫ ਬਾਰੇ ਕੀ ਹੈ ਹੋਰ ਸਟਿਮੂਲਸ ਬਿੱਲ। ਇਹ ਇਸ਼ਾਂਤ ਮੋਂਗਾ ਜੀ ਦਾ ਸਵਾਲ ਹੈਗਾ ਔਰ ਤੁਸੀਂ ਲਾਂਬਾ ਸਾਹਿਬ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿਹੜੀ ਤੁਸੀਂ ਗੱਲ ਕਹੀ ਹੈ ਕਿ ਉਹ ਦੱਸ ਨਹੀਂ ਰਹੇ ਹੈਗੇ, ਸਵਾਲ ਹੈਗਾ ਕਿ ਜੇ ਪਤਾ ਹੀ ਨਹੀਂ ਲੱਗੇਗਾ ਇਲਾਜ ਕਿੱਦਾਂ ਹੋਏਗਾ। ਪਹਿਲੀ ਗੱਲ ਤਾਂ ਹੈ ਕਿ ਹੁਣ ਇਹ ਸਮਾਂ ਨਹੀਂ ਹੈ ਕਿ ਬੰਦਾ ਉਸ ਬਿਮਾਰੀ ਨੂੰ ਔਰ ਜਿਹੜੀ ਉਸਨੂੰ ਤਕਲੀਫ ਹੈ ਉਹਦਾ ਜ਼ਿਕਰ ਨਾ ਕਰੇ, ਜ਼ਰੂਰ ਕਰਨਾ ਚਾਹੀਦਾ। ਹੁਣ ਸਮਾਂ ਨਹੀਂ ਹੈ ਕਿ ਉਹ ਇਸ ਗੱਲ ਨੂੰ ਲੁਕੋ ਸਕੇਗਾ, ਕਿਉਂਕਿ ਮਾਫੀ ਚਾਹੁੰਦਾ ਇੰਟਰਪਟ ਕਰ ਰਿਹਾ ਤੁਹਾਨੂੰ। ਇਸ਼ਾਂਤ ਮੋਂਗਾ ਨੇ ਹੀ ਉਸੇ ਬੰਦੇ ਨੇ ਖੁਦ ਸਵਾਲ ਵੀ ਪੁੱਛਿਆ ਕਿ ਟ੍ਰਾਈ ਸਟੇਟ ਲੋਕਡਾਊਨ ਨਿਊਯਾਰਕ, ਨਿਊ ਜਰਸੀ ਐਂਡ ਕਨੈਕਟੀਕਟ, ਲੋਟਸ ਆਫ ਪੀਪਲ ਟਰੈਵਲਿੰਗ ਫਰੋਮ ਦੀ ਸਟੇਟਸ ਟੂ ਫਲੋਰੀਡਾ, ਅਨਦਰ ਰੀਜ਼ਨ ਫੋਰ ਮੋਰ ਕੇਸਿਸ ਇਨ ਫਲੋਰੀਡਾ। ਤੁਸੀਂ ਇਸ ਗੱਲ ਤੋਂ ਸਹਿਮਤ ਹੋ? ਜੀ ਬਿਲਕੁਲ, ਸਾਰਾ ਅਮਰੀਕਾ ਜਿਹੜਾ ਨਾ ਜੀ ਉਹ ਤਾਂ ਟਿਕਦਾ ਹੀ ਨਹੀਂ, ਇਹਨਾਂ ਦੇ ਤੇ ਸਾਰੇ ਚੱਕਰਵਰਤੀ ਹੈਗੇ ਆ, ਕੋਈ ਵੀ ਘਰ ਦੇ ਵਿੱਚ ਨਹੀਂ ਟਿਕਦਾ। ਹੁਣ ਤੁਸੀਂ ਫਲੋਰੀਡਾ ਦੇ ਵਿੱਚ ਦੇਖੋ ਕਿ ਇਤਨੀ ਬੁਰੀ ਹਾਲਤ ਹੈ, ਸਭ ਕੁਛ ਹੈ, ਸਭ ਕੁਛ ਹੈ, ਮਗਰ ਉਸਦੇ ਬਾਅਦ ਜਿਸ ਦਿਨ ਮੌਸਮ ਖੁੱਲਿਆ ਤੇ ਉਹ ਸੈਂਕੜਿਆਂ ਦੀ ਗਿਣਤੀ ਵਿੱਚ ਦੇ ਵਿੱਚ ਮੁੰਡੇ ਕੁੜੀਆਂ ਜਿਹੜੇ ਹੈਗੇ ਉਹ ਸਮੁੰਦਰੀ ਤੱਟ ਦੇ ਉੱਤੇ ਪਹੁੰਚ ਗਏ। ਉਹ ਮਤਲਬ ਪਤਾ ਨਹੀਂ, ਜਾਂ ਤਾਂ ਸਮਝ ਨਹੀਂ ਆ ਰਹੀ ਹੈ, ਸਮਝਣਾ ਨਹੀਂ ਚਾਹੁੰਦੇ, ਜਾਂ ਇਹ ਸਮਝ ਰਹੇ ਹੈ ਕਿ ਇਹ ਖਾਲੀ ਹੋਕਸ ਹੈ ਜਿਵੇਂ ਕਿਹਾ ਜਾ ਰਿਹਾ। ਔਰ ਦਿੱਕਤ ਇਹ ਹੈ ਕਿ ਜਿਹੜੇ ਰਾਜਨੀਤਿਕ ਬੰਦੇ ਜਿਹੜੇ ਹੈਗੇ ਆ ਉਹ ਕਹਿ ਦਿੰਦੇ ਆ ਨਹੀਂ ਜੀ ਫਿਕਰ ਕਰਨ ਦੀ ਕੋਈ ਗੱਲ ਨਹੀਂ, ਤਾਂ ਉਹ ਐਸੇ ਲੋਕ ਹੈ ਜਿਹਨੂੰ ਉਹ ਕਹਿੰਦੇ ਨੇ ਜੀ ਉਹ ਸਾਡਾ ਐਡਾ ਵੱਡਾ ਲੀਡਰ ਕਹਿ ਰਿਹਾ ਤੇ ਠੀਕ ਹੀ ਹੋਏਗਾ, ਤੁਹਾਨੂੰ ਜ਼ਿਆਦਾ ਪਤਾ, ਡਾਕਟਰ ਨੂੰ ਕੀ ਪਤਾ, ਉਹ ਠੀਕ ਕਹਿ ਰਿਹਾ। ਇਹ ਜਿਹੜੀ ਹਾਲਤ ਹੁੰਦੀ ਹੈ ਨਾ ਜੀ ਇਹ ਜ਼ਿਆਦਾ ਖਰਾਬ ਹੈ। ਔਰ ਇਹਦੇ ਲਈ ਹੁਣ ਕੀ ਹੁਣੇ ਇਹਨਾਂ ਨੇ ਕੀਤਾ ਕਿ ਕੋਈ ਵੀ ਘਰ ਦੇ ਵਿੱਚ ਵੀ ਕਿਧਰੇ ਵੀ 50 ਤੋਂ ਵੱਧ ਬੰਦੇ ਨਹੀਂ ਇਕੱਠੇ ਹੋ ਸਕਦੇ, ਪਹਿਲਾਂ ਕੀਤਾ। ਅੱਛਾ, ਹੁਣ ਇੱਥੇ ਕਈ ਬੰਦੇ ਕੀਤੇ ਹੈ ਫੜੇ ਹੈ ਨਿਊ ਜਰਸੀ ਦੇ ਵਿੱਚ ਹੀ, ਜਿਹੜੇ ਆਪਣੇ ਘਰ ਦੇ ਵਿਹੜੇ ਦੇ ਵਿੱਚ ਪਿੱਛੇ ਜਿਹੜੇ ਵੈਡਿੰਗ ਪਾਰਟੀ ਦੇ ਵਿਆਹ ਦੀ ਪਾਰਟੀ ਕਰ ਰਹੇ ਹੈ ਤੇ ਵੱਡੀ ਗਿਣਤੀ ਦੇ ਵਿੱਚ ਰੌਲਾ ਰੱਪਾ ਪਾ ਰਹੇ ਹੈ ਤੇ ਜਸ਼ਨ ਮਨਾ ਰਹੇ ਹੈ, ਉਹਨਾਂ ਨੂੰ ਕਈਆਂ ਨੂੰ ਅਰੈਸਟ ਵੀ ਕੀਤਾ ਗਿਆ। ਸੋ ਹੁਣ ਇਹ ਜੇ ਤਾਂ ਕੋਈ ਹੁਣ ਪੜ੍ਹੇ ਲਿਖੇ ਬੰਦੇ ਹੈ, ਤੁਹਾਡੇ ਕੋਲ ਸਾਧਨ ਹੈ, ਉਹਨਾਂ ਕੋਲ ਇੱਕ ਇੱਕ ਸੈਕਿੰਡ ਦੀ ਖਬਰ ਉਹਨਾਂ ਦੇ ਕੋਲ ਹੈ, ਪਰ ਜੇ ਹੁਣ ਮੰਨੇਗਾ ਹੀ ਨਹੀਂ, ਮੰਨਣਾ ਨਹੀਂ ਚਾਹੁੰਦਾ, ਤੁਸੀਂ ਕਿਵੇਂ ਉਹਨੂੰ ਮਨਾ ਲਓਗੇ, ਕਿਵੇਂ ਮਨਾਓਗੇ? ਦਿੱਕਤ ਇਹ ਹੈਗੀ ਹੈ। ਸੋ ਇਸ ਕਰਕੇ ਜਿਹੜੀ ਤੁਸੀਂ ਉਹ ਦੂਜੀ ਪੁੱਛਿਆ ਸੀਗਾ ਸਟਿਮੂਲਸ ਪੈਕੇਜ ਦੀ ਜਿਹੜੀ ਗੱਲ ਕੀਤੀ ਸੀ, ਦੇਖੋ ਇਹ ਜਿਹੜਾ ਸਟਿਮੂਲਸ ਪੈਕੇਜ ਦੀ ਗੱਲ ਹੈਗੀ ਹੈ, ਜੇ ਅਸੀਂ ਜਦੋਂ ਵੀ ਕੋਈ ਗੱਲ ਕਰਦੇ ਹਾਂ ਨਾ ਉਹਦਾ ਥੋੜਾ ਜਿਹਾ ਧਿਆਨ ਆਪਣੇ ਵੱਲ ਵੀ ਜਾਂਦਾ ਹੈ, ਆਪਣੇ ਪਿਛੋਕੜ ਵੱਲ ਵੀ ਜਾਂਦਾ ਹੈ, ਸਾਰੀ ਚੀਜ਼ ਵੱਲ ਜਾਂਦਾ। ਹੁਣ ਇੱਕ ਗੱਲ ਕਹਿ ਦਿੱਤੀ ਇੱਥੇ ਲੋਕਡਾਊਨ ਦੇ ਉੱਤੇ ਨਾ ਜਿਹੜੇ ਸੀਨੀਅਰ ਲੈਵਲ ਦੇ ਜਿਹੜੇ ਪਾਲਿਸੀ ਮੇਕਰਸ ਹੈਗੇ ਆ ਜਾਂ ਪੋਲੀਟੀਸ਼ੀਅਨ ਹੈਗੇ ਆ ਉਹ ਇੱਕ ਪਾਸਾ ਨਹੀਂ ਸੋਚ ਰਹੇ, ਇੱਕ ਪਾਸਾ ਨਹੀਂ ਸੋਚ ਰਹੇ। ਉਹਨਾਂ ਦਾ ਕਹਿਣਾ ਹੈ ਕਿ ਲੋ ਅੱਜ ਪੂਰਾ ਲਾਕਡਾਊਨ ਕਰ ਦਿੱਤਾ, ਪੂਰਾ ਲਾਕਡਾਊਨ ਕਰਤਾ। ਦੇਖੋ ਉਹਦੇ ਚ ਪਹਿਲਾਂ ਦਿੱਕਤ ਇਹ ਆਈ ਹੈ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੇ ਬੱਚੇ ਸਕੂਲ ਜਾਂਦੇ ਆ ਔਰ ਉਹਨਾਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਖਾਣਾ ਉੱਥੇ ਮਿਲਦਾ ਹੈ, ਮੀਲ ਉੱਥੇ ਮਿਲਦਾ ਹੈ, ਭੋਜਨ ਮਿਲਦਾ ਸੀਗਾ। ਹੁਣ ਉਹ ਬੰਦੇ ਅਫੋਰਡ ਨਹੀਂ ਕਰ ਸਕਦੇ ਘਰ ਦੇ ਵਿੱਚ ਉਹਨਾਂ ਨੂੰ ਉਹ ਹਾਈਜੀਨਿਕ ਔਰ ਬੜਾ ਕੰਪਲੀਟ ਫੂਡ ਦੇਣਾ,
मुकम्मल खाना देना जिहड़ा हैगा है, न्यूट्रिशियस खाना देना, उह नहीं अफोर्ड कर सकदे, उहनां बच्चिआं दा की बणेगा, उहनां नूं कौण खाना पहुंचाएगा, सरकार ने इह वी सोचणा है। फिर दूजी गल इह हैगी है कि इत्थे मियां बीवी सारे काम करदे आ, हर जी काम करदा है, जे तुसीं बंद कर दी जिहड़ियां जरूरियां जरूरत दी चीजा ओ लियानी है, राशन लियाना है, ग्रोसरी लियानी है, दुध लियाना है, अंडे लियाने, होर चीजा लियानी है, दवा दारू लियानी है, ओहदा की प्रबंध होएगा, तुसीं बंद करके ते किवें करोगे। तीजी चीज इह हैगी है कि अगर ओह बंदे जिहड़े है उन्हां बंदिआं नूं अपने घरां चों कढ दित्ता जाएगा, किराया नहीं दे सकणगे, तनखाह नहीं आएगी, ते उहनां दा की बनेगा। सो इहदे नाल जे तां सेंसिबल सरकार हुंदी है तां ओह सारीआं चीजां नूं समझण दी और उन्हों एड्रेस करने की कोशिश कर दी है। हाँ जी। नहीं है ना कि एक पास ऑर्डर कर दियो जी कर्फ्यू लगा दो सारे घर च बैठो, हुण वह जिहड़ा गरीब बंदा जिहड़ा मजदूरी करता है जिहदे कोल साधन नहीं है वह की करेगा, उधरों मकान मालक उन्हों घरों कढ देगा वह की करेगा। बिल्कुल, इहदे नाल लॉ एंड ऑर्डर प्रॉब्लम आएगी, इहदे नाल फिर वह स्थिति आ जाएगी कि जिवें पलायन हुंदा है, मैनूं तां वह कई देख के किवें लोग भज्जे जांदे आ, 1947 ਦਾ ਉਹ ਯਾਦ ਆਉਂਦਾ ਕਿਵੇਂ ਲੋਕੀ ਮਾਈਗ੍ਰੇਟ ਕਰ ਰਹੇ ਆ ਬੱਚਿਆਂ ਨੂੰ ਵੱਡਿਆਂ ਨੂੰ। ਵੀਡੀਓ ਵੀ ਦੇਖ ਲਈ ਹੋਣੀ ਤੁਸੀਂ ਜਾ ਰਹੇ ਮੈਂ ਤਾਂ ਇਸੇ ਕਰਕੇ ਇੱਥੇ ਵੀ ਜੀ ਇਸ ਕਰਕੇ ਇੱਥੇ ਵੀ ਅਗਰ ਕਰੋਗੇ ਤੇ ਲੋਕੀ ਭੱਜਣ ਦੀ ਕੋਈ ਇੱਥੇ ਤਾਂ ਇਸ ਕਰਕੇ ਵੀ ਭੱਜਣਾ ਚਾਹੁੰਦੇ ਆ ਨਾ ਕਿ ਉਹ ਤੰਗ ਆ ਗਏ ਅੰਦਰ ਬਹਿ ਬਹਿ ਕੇ, ਉਹਨਾਂ ਨੇ ਜਾਣਾ, ਉਹ ਕਹਿੰਦੇ ਜੀ ਇੱਥੇ ਇਹ ਵੀ ਹੋਇਆ ਬੜਿਆਂ ਨੂੰ ਕਈਆਂ ਨੂੰ ਫੜਿਆ ਤੇ ਅੱਗੋਂ ਲੜਨ ਲੱਗ ਪਏ ਜੀ ਅਸੀਂ ਟੈਕਸ ਦਿੰਦੇ ਹਾਂ ਅਸੀਂ ਸਮੁੰਦਰ ਤੱਟ ਤੇ ਕਿਉਂ ਨੀ ਜਾਵਾਂਗੇ ਅਸੀਂ ਟੈਕਸ ਦਿੰਦੇ ਹੈਗੇ ਆ। ਹੁਣ ਹਰੇਕ ਦੀ ਹਾਂ ਆਪਣੀਆਂ ਪ੍ਰੋਬਲਮਸ ਹੈਗੀਆਂ, ਉਸ ਕਰਕੇ ਇੱਕ ਸਟਿਮੂਲਸ ਪੈਕੇਜ ਸੀਗਾ, ਉਸ ਸਟਿਮੂਲਸ ਪੈਕੇਜ ਦੇ ਵਿੱਚ ਇਹ ਸੀ ਇੱਕ ਤਾਂ 3 ਮਹੀਨੇ ਲਈ ਕਿਸੇ ਵੀ ਕੋਈ ਵੀ ਮਕਾਨ ਮਾਲਕ ਦੁਕਾਨ ਮਾਲਕ ਮਾਲਕ ਆਪਣੇ ਕਿਰਾਏਦਾਰ ਨੂੰ ਨਹੀਂ ਕੱਢ ਸਕਦਾ। ਦੇਖੋ ਨਾ ਇਹ ਸੋਚਿਆ ਸਰਕਾਰ ਨੇ, ਕਾਨੂੰਨ ਬਣਾ ਦਿੱਤਾ, ਜੇ ਤੁਸੀਂ ਹੁਣ ਇਹ ਕਰ ਦਿੱਤਾ ਕਿ ਤੁਸੀਂ ਘਰ ਚ ਬੈਠੋ ਤੁਸੀਂ ਇਹ ਰਿਲੀਫ ਤੇ ਕਰੋ ਨਾ ਕਾਨੂੰਨ ਬਣਾ ਕੇ ਕਿ ਤੁਹਾਡਾ 3 ਮਹੀਨੇ ਬੇਨਤੀ ਕੀਤੀ ਉਹਨਾਂ ਨੇ ਕੋਈ ਆਰਡਰ ਨਹੀਂ ਕੱਢਿਆ, ਰਿਕੁਐਸਟਿੰਗ ਮੂਡ ਤੇ ਹੀ ਕਿਹਾ ਕਿ ਜੇ ਤੁਸੀਂ ਸੀਐਮ ਕੇਜਰੀਵਾਲ ਸਾਹਿਬ ਕਹਿ ਰਹੇ ਕਿ ਜੇ ਤੁਸੀਂ ਮੈਨੂੰ ਆਪਣਾ ਬੇਟਾ ਜਾਂ ਭਰਾ ਕੁਛ ਵੀ ਸਮਝਦੇ ਹੋ ਤੇ ਆਪਣੇ ਕਿਰਾਏਦਾਰਾਂ ਨੂੰ ਕੋਪਰੇਟ ਕਰੋ, ਅਗਲੇ 2-3 ਮਹੀਨੇ ਤੱਕ ਜਿਹੜਾ ਹੈਗਾ ਤੁਸੀਂ ਆਪਣਾ ਉਹਨਾਂ ਤੋਂ ਕਿਰਾਇਆ ਨਾ ਲਵੋ। ਇੱਕ ਰਿਕੁਐਸਟਿੰਗ ਮੋਡ ਤੇ ਜਿਹੜੀ ਮੁਹਿੰਮ ਹੈਗੀ ਹੁਣ ਇਹਦੇ ਵਿੱਚ ਵੀ ਦੇਖਣਾ ਹੈ ਕਿ ਵੀ ਕਿੰਨੇ ਲੋਕ ਇਸ ਚੀਜ਼ ਨੂੰ ਫੋਲੋ ਕਰਦੇ ਆ ਜਾਂ ਨਹੀਂ, ਪਰ ਤੁਹਾਨੂੰ ਲੱਗਦਾ ਕਿ ਐਕਚੁਅਲ ਦੇ ਵਿੱਚ ਫੋਲੋ ਹੋ ਪਾਏਗਾ? ਨਹੀਂ ਇਹ ਤੁਸੀਂ ਦੱਸੋ ਹੋਏਗਾ ਕਿ ਨਹੀਂ, ਪਰ ਮੈਨੂੰ ਲੱਗਦਾ ਹੈ ਕਿ ਜੇ ਕੇਜਰੀਵਾਲ ਸਾਹਿਬ ਨੂੰ ਲੱਗਦਾ ਹੈ ਕਿ ਉਹਨਾਂ ਦੀ ਰਿਕੁਐਸਟ ਦੇ ਨਾਲ ਮੰਨ ਜਾਣਗੇ ਤੇ ਚੰਗੀ ਗੱਲ ਹੈ, ਪਰ ਮੈਨੂੰ ਇੱਕ ਗੱਲ ਜ਼ਰੂਰ ਨਜ਼ਰ ਆਉਂਦੀ ਹੈ ਕਿ ਜੇਕਰ ਅਗਰ ਉਹਨਾਂ ਲੋਕਾਂ ਦਾ ਮਸਲਾ, ਮੈਂ ਹਾਂ ਉੱਥੇ ਬਾਰੇ ਕਮੈਂਟ ਨਹੀਂ ਕਰਨਾ ਚਾਹਾਂਗਾ, ਪਰ ਮੇਰੇ ਆਪਣੇ ਮਨ ਵਿੱਚ ਸੀ, ਮੈਨੂੰ ਲੱਗਦਾ ਹੈ ਕਿ ਜੇ ਸ਼ਾਇਦ ਤੁਸੀਂ ਉਹਦੇ ਬਾਰੇ ਬਿਹਤਰ ਜਾਣਦੇ ਹੋ, ਕੇਜਰੀਵਾਲ ਸਾਹਿਬ ਨੇ ਜਦੋਂ ਸ਼ੁਰੂ ਦੇ ਵਿੱਚ ਉਹਨਾਂ ਦੇ ਆਪਣੇ ਪਾਵਰਸ ਦੇ ਔਰ ਉਹਦੇ ਤੇ ਗੱਲ ਹੋਈ ਸੀ ਤਾਂ ਉਹਨਾਂ ਨੇ ਦੋ ਕੰਮ ਕੀਤੇ ਸੀ। ਇੱਕ ਤਾਂ ਅੱਧੀ ਰਾਤ ਨੂੰ ਧਰਨਾ ਦਿੱਤਾ ਸੀ, ਉਹ ਜਿਹੜੇ ਬੰਦੇ ਦਿੱਲੀ ਦੇ ਵਿੱਚ ਰਹਿ ਰਹੇ ਸੀ, ਜਿਹੜੇ ਬੰਦੇ ਦਿੱਲੀ ਚ ਨਿਵਾਸ ਕਰ ਰਹੇ ਸੀ, ਉਹ ਪਰਿਵਾਰਾਂ ਸਮੇਤ ਸੀ, ਅਗਰ ਉਹਨਾਂ ਦੇ ਸਾਰੇ ਸਾਧਨ ਬੰਦ ਹੋ ਰਹੇ ਆ ਔਰ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਭੱਜ ਰਹੇ ਆ ਜਾ ਰਹੇ ਆ, ਤਾਂ ਉਸ ਵੇਲੇ ਕੇਜਰੀਵਾਲ ਸਾਹਿਬ ਨੇ ਸਰਕਾਰ ਨੇ ਵਿਅਕਤੀ ਦੀ ਗੱਲ ਨਹੀਂ ਹੈ, ਉਸ ਵੇਲੇ ਬੱਸਾਂ ਦੇ ਵਿੱਚ ਲੋਕਾਂ ਨੂੰ ਜਗ੍ਹਾ ਦੇ ਦਿੱਤੀ ਸੀ, ਸ਼ੈਲਟਰ ਦੇ ਦਿੱਤਾ ਸੀਗਾ, ਤੇ ਜੇ ਇੰਨੀਆਂ ਬੱਸਾਂ ਹੈਗੀਆਂ ਤੇ ਉਹਨਾਂ ਦੇ ਵਿੱਚ ਸੀਟਾਂ ਹਟਾ ਕੇ ਉਹਨਾਂ ਚ ਸ਼ੈਲਟਰ ਦਿੱਤੇ ਜਾ ਸਕਦੇ ਆ, ਉਹਨਾਂ ਦੇ ਲੰਗਰ ਦਾ ਕੋਈ ਹੋਰ ਪ੍ਰਬੰਧ ਕੀਤਾ ਜਾ, ਘੱਟੋ ਘੱਟ ਜਿਹੜੀ ਬੁਨਿਆਦੀ ਇਨਸਾਨੀ ਮਦਦ ਹੈ ਉਹ ਤਾਂ ਕੀਤੀ ਜਾ ਸਕਦੀ ਹੈ ਨਾ। ਅਗਰ ਸਿੱਖ ਲੰਗਰ ਖੋਲ ਸਕਦੇ ਆ, ਅਗਰ ਸਿੱਖ ਦੇ ਸਕਦੇ ਆ, ਤਾਂ ਇਹ ਹੈ। ਖੈਰ ਉਹ ਇੱਕ ਵੱਖਰਾ ਉਹ ਵਿਸ਼ਾ ਜਿਹੜਾ ਹੈ, ਪਰ ਇੱਥੇ ਜਿਹੜਾ ਸਟਿਮੂਲਸ ਪੈਕੇਜ ਦਿੱਤਾ। ਇੱਕ ਸਵਾਲ ਇੱਕ ਆ ਰਿਹਾ ਬਿਕਰਮਜੀਤ ਸਿੰਘ ਫੇਸਬੁੱਕ ਤੇ, ਸਾਨੂੰ ਪੁੱਛ ਰਿਹਾ ਕਿ ਕੈਨੇਡਾ ਦੀ ਸਥਿਤੀ ਦੱਸੋ, ਉੱਥੇ ਕੀ ਇਸ ਸਮੇਂ ਕੀ ਹੈ ਡਿਟੇਲ 'ਚ, ਉੱਥੇ ਕੰਟਰੋਲ ਹੋ ਜਾਵੇਗਾ ਕਿ ਅਮਰੀਕਾ ਵਾਲਾ ਹਾਲ ਹੋਏਗਾ? ਕੈਨੇਡਾ ਤੁਹਾਡੇ ਬਹੁਤ ਨਜ਼ਦੀਕੀ ਪੜੋਸੀ ਮੁਲਕ ਹੈਗਾ ਤੁਹਾਡਾ, ਉਸ ਉੱਧਰ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ? ਜਿਹੜਾ ਅਮੈਰੀਕਾ ਹੈ ਨਾ ਜੀ, ਇਹਦੇ 'ਚ ਕੈਨੇਡਾ ਤੇ USA ਇਕੱਠੇ ਦੋਨੋਂ ਉਹਦਾ ਹਿੱਸਾ ਹੈਗੇ ਆ, ਅਮਰੀਕਾ ਉਹ ਵੀ ਜਿਹੜਾ ਉਹਦੇ ਇੱਕ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਤੇ ਕੈਨੇਡਾ ਹੈਗਾ। ਜਿਹੜੀ ਹਾਲਤ ਕੈਨੇਡਾ ਦੀ ਸੀ ਉੱਥੇ ਦੇ
ਪ੍ਰਾਈਮ ਮਿਨਿਸਟਰ ਦੀ ਜਸਟਿਨ ਟਰੂਡੋ ਦੀ ਵੋਟੀ ਉਹਨੂੰ ਵੀ ਇਹ ਬਿਮਾਰੀ ਹੋ ਗਈ, ਉਹਨਾਂ ਨੂੰ ਇਹ ਅਸਰ ਹੋਇਆ ਤੇ ਉਹ ਵੀ ਚਲੇ ਗਏ। ਆਪ ਉਹਨਾਂ ਨੇ ਆਪ ਨੂੰ 14 ਦਿਨ ਦੇ ਇਕਾਂਤਵਾਸ ਕੀਤਾ, ਸਾਰਾ ਕੁਝ ਕੀਤਾ ਔਰ ਉਹਨਾਂ ਨੇ ਕਿਹਾ 6,243 ਕੇਸ ਹੈ ਕੈਨੇਡਾ ਦੇ ਵਿੱਚ, ਜਿਸ ਦੇ ਵਿੱਚ 63 ਮੌਤਾਂ ਨੇ, ਹੋਰ ਰਿਕਵਰ ਕਰਨ ਵਾਲਿਆਂ ਦੀ ਗਿਣਤੀ 508 ਹੈ। ਹਾਂਜੀ ਲਾਂਬਾ ਸਾਹਿਬ, ਹਾਂਜੀ ਉਹਦਾ ਇਹ ਉਹਨਾਂ ਨੇ ਕੀਤਾ ਕਿ ਇੱਥੋਂ ਜਿਹੜੇ ਸੀ ਬੰਦੇ ਆਣੇ ਬੰਦ ਕਰੋ, ਆਵਾਜਾਵੀ ਬੰਦ ਕਰੋ ਤੇ ਘੱਟ ਕਰੋ। ਉਹ ਇੱਥੋਂ ਜਿਹੜੀ ਅਮੈਰੀਕਾ ਦੀ ਪਾਲਿਸੀ ਤੇ ਉਹਨਾਂ ਦੀ ਪਾਲਿਸੀ ਦੋਨੋਂ ਇੱਕ ਸਾਰਤਾ ਨਹੀਂ ਸੀ, ਮਗਰ ਹੁਣ ਉਹਨਾਂ ਨੇ ਆਰਡਰ ਕਰਕੇ ਆਪਣੇ ਕਹਿਤਾ ਕਿ ਅਸੀਂ ਸਾਰੇ ਬਾਰਡਰ ਸੀਲ ਕਰ ਦਾਂਗੇ, ਨਾ ਇਧਰੋਂ ਕੋਈ ਜਾਏਗਾ ਨਾ ਉਧਰੋਂ ਜਾਏਗਾ। ਪਰ ਜਿਹੜਾ ਤੁਸੀਂ ਡਾਟਾ ਦੇ ਰਹੇ ਹੋ, ਉੱਥੇ ਉਹਨਾਂ ਨੇ ਟੈਸਟਿੰਗ ਸ਼ੁਰੂ ਕੀਤੀ ਕਿ ਨਹੀਂ ਕੀਤੀ ਇਹ ਨਹੀਂ ਪਤਾ। ਅਮੈਰੀਕਾ ਦੇ ਵਿੱਚ ਟੈਸਟਿੰਗ ਸ਼ੁਰੂ ਹੋਈ ਹੈ, ਮੈਂ ਹੁਣ ਤੁਹਾਨੂੰ ਥੋੜਾ ਜਿਹਾ ਅਪਡੇਟ ਦਵਾਂ। ਨਿਊਯਾਰਕ ਤੇ ਨਿਊ ਜਰਸੀ ਦੇ ਵਿੱਚ ਟੈਸਟਿੰਗ ਸ਼ੁਰੂ ਹੋਈ ਹੈ। ਇਹਨਾਂ ਨੇ ਇੱਕ ਹਾਲ ਸੀਗਾ ਜਿਹੜਾ ਸਟੇਡੀਅਮ ਟਾਈਪ ਦਾ, ਉਹਨੂੰ ਹਸਪਤਾਲ ਵਿੱਚ ਕਨਵਰਟ ਕੀਤਾ, ਕੁਛ ਹੋਟਲਾਂ ਨੂੰ ਹਸਪਤਾਲਾਂ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ, ਕੁਝ ਸੜਕ ਦੇ ਕਿਨਾਰੇ ਇਹਨਾਂ ਨੇ ਟੈਂਪਰੇਰੀ ਟੈਸਟਿੰਗ ਫੈਸਿਲਿਟੀ ਦੇ ਕੇ ਬਾਈ ਕਾਰ ਜਿਹੜਾ ਹੈਗਾ, ਲੋਕੀ ਆ ਰਹੇ ਆ ਕਾਰ ਚੋਂ ਬਾਹਰ ਨਹੀਂ ਨਿਕਲਣਗੇ, ਉਹ ਉੱਥੇ ਕਾਰ ਦੇ ਵਿੱਚ ਬੈਠਿਆਂ ਬੈਠਿਆਂ ਉਹਨਾਂ ਨੂੰ ਕਰਨਾ ਸ਼ੁਰੂ ਕੀਤਾ। ਪਰ ਉਹ ਗਿਣਤੀ ਇੰਨੀ ਜ਼ਿਆਦਾ ਹੋ ਰਹੀਆਂ ਦੀ ਕਿ ਹੁਣ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਮੈਡੀਕਲ ਸਟਾਫ ਨੂੰ ਚੈੱਕ ਕਰਾਂਗੇ, ਮੈਡੀਕਲ ਸਟਾਫ ਨੂੰ ਜ਼ਰੂਰੀ ਹੈ। ਹਾਂਜੀ ਕਿਉਂਕਿ ਮੈਡੀਕਲ ਸਟਾਫ ਦੇਖੋ ਇੱਥੇ ਤੱਕ ਮਤਲਬ ਜਿਹੜੀ ਸਥਿਤੀ ਹੈ ਕਿ ਜਿਹੜਾ ਉਹ ਰੈਸਪੀਰੇਟਰੀ ਜਾਂ ਜਿਹੜਾ ਉਹ ਦੇਣਾ ਹੁੰਦਾ ਹੈ ਬੰਦੇ ਨੂੰ ਸਾਹ ਦਾ ਜਿਹੜਾ ਦੇਣਾ ਹੁੰਦਾ, ਕਈ ਵਾਰੀ ਉਸ ਕੰਪਾਊਂਡਰ ਨੂੰ ਮਰੀਜ਼ ਦੇ ਨਾਲ ਉਹਦੇ ਮੰਜੇ ਦੇ ਉੱਤੇ ਤੱਕ ਆ ਕੇ ਉਹਦੇ ਬਿਲਕੁਲ ਨਜ਼ਦੀਕ ਜਾ ਕੇ ਉਹਨੂੰ ਉਹ ਸਾਹ ਦੀ ਮਸ਼ੀਨਾਂ ਲਗਾਉਣੀਆਂ ਪੈਂਦੀਆਂ। ਔਰ ਇਸ ਕਰਕੇ ਡਾਕਟਰਾਂ ਨੂੰ ਵੀ ਹਦਾਇਤ ਹੈ ਕਿ ਉਹ ਨਾਰਮਲ ਰਸਤੇ ਤੋਂ ਅੰਦਰ ਨਹੀਂ ਜਾਣਗੇ, ਉਹ ਨਰਸਿੰਗ ਰੂਮ ਜਿਹੜਾ ਉਹਦੇ ਵਿੱਚੋਂ ਉਹ ਹੋ ਕੇ ਫਿਰ ਉਹ ਅੰਦਰ ਜਾਣਗੇ। ਹੁਣ ਇੱਥੇ ਨਰਸ ਮੇਲ ਨਰਸ ਵੀ ਹੈ ਤੇ ਫੀਮੇਲ ਨਰਸ ਵੀ ਹੈ, ਕੱਲ ਇੱਕ ਮੇਲ ਨਰਸ ਦੀ ਵੀ ਇਹਦੇ ਤੇ ਮੌਤ ਹੋ ਗਈ ਹੈ। ਸੋ ਉਹ ਵਿਚਾਰੇ ਨਰਸ ਜਿਹੜੇ ਸਾਰੇ ਹੀ ਇਸ ਤੋਂ, ਇੱਥੋਂ ਦੇ ਡਾਇਰੈਕਟਰ ਜਿਹੜੇ ਹੈ ਹਸਪੀਟਲ ਦੇ ਉਹ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹੈ। ਓਕੇ ਕੋਈ ਬਚਿਆ ਹੀ ਨਹੀਂ ਨਾ, ਕੋਈ ਨਹੀਂ ਬਚ ਰਿਹਾ ਹੈਗਾ। ਮੈਂ ਸ਼ੁਰੂ ਚ ਜਿਵੇਂ ਕਿਹਾ ਸੀਗਾ ਇਸ ਤੋਂ ਕੋਈ ਬਚਦਾ ਹੀ ਨਹੀਂ ਪਿਆ ਹੈਗਾ, ਤੇ ਇਹ ਤਾਂ ਬਚਦਾ ਨਹੀਂ, ਬਚਾਓ ਵਿੱਚ ਹੀ ਬਚਾ ਹੈ, ਅਦਰਵਾਈਜ਼ ਕੋਈ ਬਚਾ ਨਹੀਂ ਹੈ। ਨਿਊਯਾਰਕ ਦਾ ਜਾਵਿਟਾ ਸੈਂਟਰ ਟਰਨਡ ਇਨਟੂ ਆਈਸੋਲੇਸ਼ਨ ਫੈਸਿਲਿਟੀ। ਇੱਕ ਹੋਰ ਉਹਨਾਂ ਨੇ ਗੱਲ ਦੱਸੀ ਹੈ ਕਿ ਬਈ ਜੋ GM ਮੋਟਰ ਕੰਪਨੀ ਹੈਗੀ ਹੈ ਉਹਨਾਂ ਨੂੰ ਵੈਂਟੀਲੇਟਰ ਬਣਾਉਣ ਦੇ ਆਰਡਰ ਕੀਤੇ ਗਏ ਰੈਦਰ ਦੈਨ ਇਨਸਟੈਡ ਆਫ ਕਾਰਸ, ਕਿ ਵੀ ਤੁਸੀਂ ਵੈਂਟੀਲੇਟਰ ਬਣਾਓ, ਯਾਨੀ ਕਿ ਜੋ ਕਾਰ ਗੱਡੀ ਬਣਾਉਣ ਵਾਲੀ ਕੰਪਨੀਆਂ ਨੂੰ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਤੁਸੀਂ ਵੈਂਟੀਲੇਟਰ ਛੇਤੀ ਬਣਾ ਸਕੋ, ਉਹਦੀ ਪ੍ਰੋਡਕਸ਼ਨ ਜਿਹੜੀ ਵਧਾਉਣ ਵਾਸਤੇ ਵੀ ਕੰਮ ਕੀਤਾ ਜਾ ਰਿਹਾ। ਚਲੋ ਅੱਛੀ ਸਲਾਹ ਹੈਗਾ। ਕੰਕਲੂਡ ਕਰਦੇ ਹਾਂ, ਅਖੀਰ ਦੇ ਵਿੱਚ ਕੀ ਕਮੈਂਟਸ ਦੇ ਕੇ ਤੁਸੀਂ ਇਸ ਪ੍ਰੋਗਰਾਮ ਦੀ ਸਮਾਪਤੀ ਕਰਨਾ ਚਾਹੋਗੇ? ਦੇਖੋ ਜੀ, ਜਿਹੜੀ ਗੱਲ ਹੈਗੀ ਹੈ ਨਾ ਵੈਂਟੀਲੇਟਰ ਬਣਾਉਣ ਦੀ, ਇੱਥੇ ਬਹੁਤ ਜ਼ਬਰਦਸਤ ਸ਼ਾਰਟੇਜ ਹੈ। ਮੈਂ ਦੋ ਗੱਲਾਂ ਜ਼ਰੂਰ ਕਹਿਣੀਆਂ ਚਾਹਾਂਗਾ, ਇੱਕ ਤਾਂ ਵੈਂਟੀਲੇਟਰਸ ਦੀ, ਮਾਸਕ ਦੀ, ਪ੍ਰੋਟੈਕਟਿਵ ਗੇਅਰ ਦੀ ਬਹੁਤ ਜ਼ਬਰਦਸਤ ਸ਼ਾਰਟੇਜ ਹੈ, ਜ਼ਬਰਦਸਤ ਸ਼ਾਰਟੇਜ ਹੈ। ਜਿਵੇਂ ਨਿਊਯਾਰਕ ਦੇ ਗਵਰਨਰ ਨੇ ਕਿਹਾ ਕਿ ਸਾਨੂੰ 30,000 ਵੈਂਟੀਲੇਟਰ ਚਾਹੀਦਾ ਹੈ ਇਮੀਡੀਏਟਲੀ, ਤਾਂ ਫੈਡਰਲ ਗਵਰਨਮੈਂਟ ਜਾਂ ਜਿਹਨੂੰ ਕੇਂਦਰ ਸਰਕਾਰ ਤੁਸੀਂ ਕਹਿੰਦੇ ਹੋ, ਉਹਨਾਂ ਨੇ ਕਿਹਾ ਅਸੀਂ 3,000 ਦੇਵਾਂਗੇ। ਤਾਂ ਗਵਰਨਰ ਨੇ ਕਿਹਾ ਕਿ ਇੱਦਾਂ ਕਰੋ ਫਿਰ ਨਾਲ 27,000 ਬੰਦਿਆਂ ਦੀ ਲਿਸਟ ਦੇ ਦਿਓ ਜਿਹਨਾਂ ਨੂੰ ਅਸੀਂ ਮਾਰਨਾ ਹੈ। ਮਤਲਬ ਇਤਨੀ ਫਰਸਟ੍ਰੇਸ਼ਨ ਹੈ। ਅੱਛਾ ਗੱਲ, ਇੱਕ ਦੂਜੀ ਆਲਮੀ ਜੰਗ ਜਾਂ ਸੈਕੰਡ ਵਰਲਡ ਵਾਰ ਦਾ ਇੱਕ ਕਾਨੂੰਨ ਸੀ, ਉਹ ਹੈਗਾ ਸੀ ਡਿਫੈਂਸ ਪ੍ਰੋਡਕਸ਼ਨ ਐਕਟ, ਜਿਹੜਾ ਸੀ ਪ੍ਰੋਕਿਓਰਮੈਂਟ ਐਕਟ ਜਾਂ ਪ੍ਰੋਡਕਸ਼ਨ ਐਕਟ। ਉਹਦੇ ਵਿੱਚ ਸੀਗਾ ਕਿ ਸਰਕਾਰ ਦੇ ਕੋਲ ਵਾਰ ਟਾਈਮ ਪਾਵਰਸ ਮਿਲ ਜਾਂਦੀਆਂ ਪ੍ਰੈਜ਼ੀਡੈਂਟ ਕੋਲ, ਔਰ ਉਹ ਕਿਸੇ ਫੈਕਟਰੀ ਨੂੰ ਵੀ ਕਹਿ ਸਕਦਾ ਤੂੰ ਇਹ ਬਣਾ ਤੇ ਉਹ ਬਣਾ ਤੇ ਇਹ ਨਾ ਬਣਾ। ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਉਹ ਪਾਵਰ ਲੈ ਲਈ ਔਰ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਮੇਰੇ ਕੋਲ ਪਾਵਰ ਹੈਗੀ ਹੈ, ਮਗਰ ਉਸਦੇ ਵਿੱਚ ਉਹਨਾਂ ਨੇ ਉਸਨੂੰ ਲਾਗੂ ਨਹੀਂ ਕੀਤਾ। ਓਕੇ, ਜਦੋਂ ਵਾਰ ਵਾਰ ਹੋਇਆ ਕਿ ਤੁਸੀਂ ਲਾਗੂ ਕਰੋ, ਜਨਰਲ ਮੋਟਰਸ ਨੂੰ ਕਹੋ ਜਾਂ ਜੀ ਹੈ ਜਾਂ ਹੋਰ ਟੈਸਲਾ ਹੈ ਜਾਂ ਹੋਰ ਕੰਪਨੀਆਂ ਹੈ ਉਹਨਾਂ ਨੂੰ ਕਹੋ ਬਣਾਉਣ, ਤਾਂ ਉਹਦੇ ਤੇ ਰਾਸ਼ਟਰਪਤੀ ਦਾ ਕਹਿਣਾ ਸੀ ਜੀ ਅਸੀਂ ਪਬਲਿਕ ਪ੍ਰਾਈਵੇਟ ਸੈਕਟਰ ਚ ਬਣਾਵਾਂਗੇ, ਕਿਉਂਕਿ ਕੈਪੀਟਲ ਕੰਟਰੀ ਹੈ, ਅਸੀਂ ਬਿਜ਼ਨਸ ਦਾ ਨੁਕਸਾਨ ਨਹੀਂ ਕਰ ਸਕਦੇ। ਮਗਰ ਹੁਣ ਜਦੋਂ ਇਹ ਹਾਲਤ ਹੋ ਗਈ ਤਾਂ ਇਤਨੀ ਜ਼ਬਰਦਸਤ ਸ਼ਾਰਟੇਜ ਹੈ
ਤਾਂ ਗਵਰਨਰ ਕੋਮੋ ਜਿਹੜਾ ਨਿਊਯਾਰਕ ਦਾ ਗਵਰਨਰ ਹੈ ਉਸਨੇ ਕਿਹਾ ਉਹਨਾਂ ਨੇ ਟੀਮਾਂ ਭੇਜੀਆਂ ਚੀਨ ਦੇ ਵਿੱਚ ਕਿ ਉੱਥੋਂ ਜਾ ਕੇ ਤੇ ਉਹ ਵੈਂਟੀਲੇਟਰ ਖਰੀਦ ਕੇ ਲਿਆਉਣ ਉਹਦਾ ਨਤੀਜਾ ਉੱਥੋਂ ਲੈ ਕੇ ਆਣ ਉਹ ਜਿਵੇਂ ਇੱਕ ਮੀਰ ਦਾ ਸ਼ੇਅਰ ਸੀ ਕਿ ਇੱਕ ਪਾਸੇ ਦਾ ਚੀਨ ਨੂੰ ਬਲੇਮ ਕੀਤਾ ਜਾ ਰਿਹਾ ਹੁਣ ਚੀਨ ਕੋਲੋਂ ਮਦਦ ਵੀ ਲੈ ਰਹੇ ਹੈ ਉਹ ਜਿਵੇਂ ਮੀਰ ਨੇ ਕਿਹਾ ਸੀ ਕਿਆ ਸਾਦਾ ਹੈ ਮੀਰ ਹੋਏ ਬਿਮਾਰ ਜਿਸਕੇ ਸਬਬ ਉਸੀ ਅਤਾਰ ਕੇ ਲੌਂਡੇ ਸੇ ਦਵਾ ਲੇਤੇ ਹੈ ਹੁਣ ਉਸੇ ਜਿਹੜਾ ਅਤਾਰ ਦੇ ਕੋਲ ਜਾ ਰਹੇ ਹੈ ਕਿ ਸਾਨੂੰ ਦਵਾਈ ਦੇ ਦੇ ਅੱਛਾ ਇੱਕ ਗੱਲ ਹੋਰ ਇਹਦੇ ਚ ਮੈਂ ਅਖੀਰਲੀ ਗੱਲ ਕਹਿਣੀ ਚਾਹਾਂਗਾ ਕਿ ਸਰਕਾਰਾਂ ਨੇ ਕਿਹਾ ਕਿ ਅਸੀਂ ਪ੍ਰਾਈਵੇਟਲੀ ਕੰਪਨੀਆਂ ਕੋਲੋਂ ਖਰੀਦਾਂਗੇ ਵੈਂਟੀਲੇਟਰ ਔਰ ਇਹ ਬਿਮਾਰੀ ਐਸੀ ਹੈ ਇਹਦੇ ਵਿੱਚ ਸਿਰਫ ਉਹਦੇ ਵੇਲੇ ਸਾਹ ਲੈਣ ਲਈ ਵੈਂਟੀਲੇਟਰ ਦੀ ਲੋੜ ਹੈ ਹੋਰ ਕੋਈ ਚੀਜ਼ ਨਹੀਂ ਮਦਦ ਕਰਦੀ ਇੱਕ ਦਵਾ ਹੈ ਤੇ ਇੱਕ ਵੈਂਟੀਲੇਟਰ ਹੈ ਇੱਕ ਅਰਦਾਸ ਹੈ ਤੇ ਇੱਕੋ ਹੈ ਹੁਣ ਉਹ ਲੈਣ ਲਈ ਜਿਸ ਵੇਲੇ ਚੱਲੇ ਹੈ ਤਾਂ ਉਹਦਾ ਨਤੀਜਾ ਇਹ ਨਿਕਲਿਆ ਕਿ ਨਿਊਯਾਰਕ ਵਾਲੇ ਗਏ ਹੈ ਤੇ ਕੈਲੀਫੋਰਨੀਆ ਵਾਲਿਆਂ ਨੇ ਉਹਦੀ ਵੱਧ ਕੀਮਤ ਦੇ ਦਿੱਤੀ ਉਹਨਾਂ ਨੇ ਉਹਨਾਂ ਨੂੰ ਦੇ ਦਿੱਤੇ ਯਾਨੀ ਕਿ ਸਟੇਟਾਂ ਦੀ ਆਪਸ ਵਿੱਚ ਕੰਪੀਟੀਸ਼ਨ ਹੋ ਗਈ ਇਹਦੇ ਚ ਫਿਰ ਇਹਨਾਂ ਨੇ ਕਿਹਾ ਸਰਕਾਰ ਨੂੰ ਕਿ ਤੁਸੀਂ ਸਾਂਝੇ ਤੌਰ ਤੇ ਫੈਡਰਲ ਪਾਵਰ ਵਰਤਦਿਆਂ ਹੋਇਆ ਤੁਸੀਂ ਫਿਰ ਤੁਸੀਂ ਸਟੇਟਾਂ ਨੂੰ ਵੰਡੋ ਹੁਣ ਪ੍ਰੈਜ਼ੀਡੈਂਟ ਦਾ ਇੱਕ ਕਹਿਣਾ ਹੈ ਕਿ ਜਿਹੜਾ ਗਵਰਨਰ ਮੇਰੇ ਨਾਲ ਤਮੀਜ਼ ਨਾਲ ਗੱਲ ਕਰੇਗਾ ਉਹਦੀ ਮਦਦ ਕਰਾਂਗਾ ਬਿਲਕੁਲ ਹਾਲਤ ਜਿਹੜੀ ਹੈ ਨਾ ਇਹ ਬਿਮਾਰ ਜਿਹੜਾ ਹੈਗਾ ਮਰੀਜ਼ ਜਿਹੜਾ ਹੈ ਉਹ ਡਾਕਟਰਾਂ ਦੇ ਵਿੱਚ ਵੱਖ ਵੱਖ ਹਾਕਮਾਂ ਦੇ ਵਿੱਚ ਔਰ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹ ਜਿਹੜਾ ਉਹ ਰੁੱਲਿਆ ਪਿਆ ਹੈਗਾ ਔਰ ਇਹਦੇ ਲਈ ਸਭ ਤੋਂ ਪਹਿਲੀ ਚੀਜ਼ ਇੱਕ ਦੂਜੀ ਇਹ ਜ਼ਰੂਰ ਕਰੋ ਇੱਕ ਅਪੀਲ ਕਰੋ ਕਿ ਜਿਨ ਤੁਸੀਂ ਆਪਣੇ ਹੋਸਪਿਟਲਸ ਦੇ ਵਿੱਚ ਡਾਕਟਰਸ ਦੇ ਨਾਲ ਸਲਾਹ ਕਰੋ ਉਹਨਾਂ ਦੇ ਕੋਲੋਂ ਪ੍ਰੋਟੋਟਾਈਪ ਮੰਗੋ ਔਰ ਹਰ ਘਰ ਨੂੰ ਕਹੋ ਕਿ ਉਹ ਜਿੰਨੇ ਕੁ ਵੀ ਮਾਸਕ ਬਿਲਕੁਲ ਸਟੈਂਡਰਡ ਦੇ ਉਹਦੇ ਤਰੀਕੇ ਉਹ ਬਣਾਓ ਤੇ ਉਹ ਆਪਣੇ ਨਜ਼ਦੀਕ ਦੇ ਹਸਪਤਾਲਾਂ ਨੂੰ ਦਿਓ ਲੋਕਾਂ ਨੂੰ ਜਿਹਨਾਂ ਨੂੰ ਲੋੜ ਹੈ ਦਿਓ ਇਹ ਗੁਰਦੁਆਰਿਆਂ ਵੱਲੋਂ ਵੀ ਦਿੱਤੇ ਜਾ ਸਕਦੇ ਹੈ ਸੈਂਟਰਲਾਈਜ਼ ਉਹ ਮਟੀਰੀਅਲ ਖਰੀਦ ਕੇ ਤੁਸੀਂ ਘਰਾਂ ਦੇ ਵਿੱਚ ਦੇ ਦਿਓ ਕਿ ਆਪਣੀ ਜਿਹੜਾ ਤੁਹਾਡੇ ਕੋਲ ਟਾਈਮ ਮਿਲਿਆ ਉਹ ਆਪਣੀਆਂ ਮਸ਼ੀਨਾਂ ਦੇ ਨਾਲ ਤੁਸੀਂ ਸਿਲਾਈ ਕਰਕੇ ਉਹ ਮਾਸਕ ਤੁਸੀਂ ਘੱਟੋ ਘੱਟ ਦਿਓ ਇਹ ਸੇਵਾ ਤੁਸੀਂ ਕਰ ਸਕੋ ਠੀਕ ਹੈ ਠੀਕ ਹੈ ਲਾਂਬਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੁਰਚਰਨਜੀਤ ਸਿੰਘ ਜੀ ਲਾਂਬਾ ਜੋ ਕਿ ਸਿੱਖ ਸਕਾਲਰ ਨੇ ਨਿਊ ਜਰਸੀ ਤੋਂ ਸਾਡੇ ਨਾਲ USA ਤੋਂ ਜੁੜੇ ਹੋਏ ਸੀ ਨੇ ਤੁਸੀਂ ਉਹਨਾਂ ਨੂੰ ਬਖੂਬੀ ਜਾਣਦੇ ਹੈਗੇ ਉਹ ਪੰਥਕ ਮਸਲਿਆਂ ਦੇ ਵਿੱਚ ਕਾਫੀ ਜੋ ਉਹਨਾਂ ਦਾ ਯੋਗਦਾਨ ਰਿਹਾ ਹੈਗਾ ਮਾਸਟਰ ਤਾਰਾ ਸਿੰਘ ਜੀ ਵੱਲੋਂ ਜੋ ਸ਼ੁਰੂਆਤ ਕੀਤੀ ਗਈ ਸੰਤ ਸਿਪਾਹੀ ਰਸਾਲੇ ਦੇ ਐਡੀਟਰ ਰਹੇ ਨੇ ਔਰ ਕਈ ਮੁੱਦਿਆਂ ਤੇ ਕਾਫੀ ਇੱਕ ਵਿਦਵਾਨ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਹੈਗਾ ਕਾਫੀ ਅੱਛੀ ਉਹਨਾਂ ਦੀ ਜੋ ਹੈਗੀ ਆ ਸਿੱਖ ਇਤਿਹਾਸ ਦੇ ਵਿੱਚ ਅੱਛੀ ਜੋ ਉਹਨਾਂ ਦੀ ਜਾਣਕਾਰੀ ਹੈਗੀ ਆ ਲਾਂਬਾ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਕਾਲ ਚੰਦ ਦੇਖ ਰਹੇ ਦਰਸ਼ਕਾਂ ਨੂੰ ਦੇ ਨਾਲ ਤੁਸੀਂ ਸਵਾਲਾਂ ਦੇ ਜਵਾਬ ਵੀ ਦਿੱਤੇ ਔਰ ਸ਼ਾਇਦ ਜਿਹੜੇ ਮਾਂ ਪਿਓ ਇੰਡੀਆ ਦੇ ਵਿੱਚ ਬੈਠੇ ਆਪਣੇ ਬੱਚਿਆਂ ਵਾਸਤੇ ਜੋ ਫਿਕਰਮੰਦ ਸੀਗੇ ਸ਼ਾਇਦ ਉਹਨਾਂ ਨੂੰ ਵੀ ਤੁਸੀਂ ਕਿਤੇ ਨਾ ਕਿਤੇ ਇੱਕ ਰਾਹਤ ਦੀ ਸਾਂਸ ਵੀ ਦਿੱਤੀ ਹੋਏਗੀ ਤੁਹਾਡੇ ਰਾਹੀਂ ਉਹਨਾਂ ਤੱਕ ਸੁਨੇਹਾ ਜੋ ਪਹੁੰਚਿਆ ਹੋਏਗਾ ਤੇ ਕਿਉਂਕਿ ਕਾਫੀ ਕਾਲਸ ਉਧਰੋਂ ਆ ਰਹੇ ਸੀ ਹਜੇ ਵੀ ਕਮੈਂਟਸ ਜੋ ਕਾਫੀ ਚੱਲਦੇ ਪਏ ਹੈਗੇ ਆ ਮਾਫ ਕਰਨਾ ਚਾਹਾਂਗੇ ਜੇ ਅਸੀਂ ਜ਼ਿਆਦਾ ਕਾਲਸ ਨਹੀਂ ਲੈ ਸਕੇ ਸਮੇਂ ਦੀ ਸ਼ੋਰਟੇਜ ਆਉਣ ਕਰਕੇ ਇਸ ਪ੍ਰੋਗਰਾਮ ਨੂੰ ਤੁਸੀਂ USA ਦੇ ਵਿੱਚ TV ਤੇ ਸਲਿੰਗ TV ਤੇ ਵੀ ਦੇਖ ਸਕਦੇ ਹੋ ਅਕਾਲ ਚੈਨਲ USA ਦੇ ਵਿੱਚ ਸਲਿੰਗ TV ਤੇ ਵੀ ਆਉਂਦਾ ਹੈਗਾ ਤੁਸੀਂ ਅਕਾਲ ਚੈਨਲ ਨੂੰ ਸਲਿੰਗ TV ਤੇ USA ਪੂਰੇ USA ਦੇਖ ਸਕਦੇ ਹੈਗੇ ਹੋ ਬਹੁਤ ਬਹੁਤ ਧੰਨਵਾਦ ਕਰਦੇ ਲਾਂਬਾ ਸਾਹਿਬ ਆਪ ਜੀ ਦਾ ਤੇ ਗੁਰੂ ਫਤਿਹ ਦੀ ਅਸੀਂ ਇੱਥੇ ਸਾਂਝ ਕਰਾਂਗੇ ਗੁਰਫਤਿਹ ਦੀ ਸਾਂਝ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਧੰਨਵਾਦ ਜੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਬੋਲੇ